ਜੇ ਕੋਈ ਨੌਜਵਾਨ ਫੌਜ ਦੇ ਵਿੱਚ BSF ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ, ਭਰਤੀ ਆਈ ਹੋਈ ਆ, ਤਾਂ ਤੁਹਾਨੂੰ ਐਸੀ ਅਕੈਡਮੀ ਦੇ ਮਤਲਬ ਦੱਸ ਪਾਉਣ ਲੱਗਿਆਂ ਵੀ ਤੁਹਾਨੂੰ ਬਹੁਤ ਜ਼ਿਆਦਾ ਪੈਸਾ ਖਰਚਣ ਦੀ ਲੋੜ ਨਹੀਂ। ਜਿਹੜਾ ਨੰਬਰ ਤੁਹਾਡੀ ਸਕਰੀਨ 'ਤੇ ਆਊਗਾ ਚੁੱਪ ਕਰਕੇ ਸਕਰੀਨਸ਼ੋਟ ਮਾਰ ਲਿਓ ਅਤੇ ਡਾਇਲ ਕਰ ਲਿਓ। ਕੁਛ ਹਜ਼ਾਰਾਂ ਰੁਪਏ ਦੇ ਵਿੱਚ ਹੀ ਤੁਹਾਡਾ ਬੱਚਾ ਇੱਥੇ ਹੋਸਟਲ ਦੇ ਵਿੱਚ ਰਹਿ ਵੀ ਪਊਗਾ, ਇਸੇ ਪੜ੍ਹ ਵੀ ਲਊਗਾ, ਤੁਹਾਡਾ ਬੱਚਾ ਟੈਸਟ ਵੀ ਪਾਸ ਕਰੂਗਾ ਜੇ ਕਾਬਲ ਹੋਊਗਾ ਤਾਂ। ਅਤੇ ਨੰਬਰ 2 'ਤੇ ਸੱਜਣੋ, ਇੱਥੇ ਟੀਚਰ ਬਹੁਤ ਕਾਬਲ ਆ। ਜੇ ਕਿਸੇ ਵੀ ਬੰਦੇ ਨੂੰ 5 ਦਿਨ ਕਲਾਸਾਂ ਨਹੀਂ ਪਸੰਦ ਆਉਂਦੀਆਂ ਤਾਂ ਪੈਸੇ ਭਰਨ ਦੀ ਲੋੜ ਹੀ ਨਹੀਂ, ਚੁੱਪ ਕਰਕੇ ਚਲੇ ਜਾਓ। ਪੰਜਾਬ ਦੇ ਨੌਜਵਾਨਾਂ ਦੇ ਵਿੱਚ ਨਾ ਸੱਜਣੋ ਰੋਜ਼ੀ ਰੋਟੀ ਦੀ ਤਾਂਘ ਬਹੁਤ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਹੁਤ ਵਾਰੀ ਨਾ ਇੱਕ ਗੱਲਾਂ ਪ੍ਰਚਲਿਤ ਹੋ ਜਾਂਦੀਆਂ, ਪੰਜਾਬ ਦੀ ਨੌਜਵਾਨੀ ਕਰਾਹੇ ਪੈ ਗਈ ਉਹ ਜੋ ਨਹੀਂ ਯਾਰ। ਪਹਿਲਾਂ ਆਪਦੀ ਜ਼ਿੰਦਗੀ ਦੀ ਸ਼ੁਰੂਆਤ 'ਚ ਕੋਈ ਕਰਾਹੇ ਨਹੀਂ ਪੈਣਾ ਚਾਹੁੰਦਾ। ਜੇ ਤੁਸੀਂ ਸੱਚੀ ਇਸ ਗੱਲ ਦਾ ਪ੍ਰਮਾਣ ਲੈਣਾ ਚਾਹੁੰਦੇ ਹੋ ਨਾ, ਤਾਂ ਤੁਸੀਂ ਇਉਂ ਕਰੋ, ਮੋਟਰਸਾਈਕਲ ਚੱਕੋ, ਚੌਕੇ ਪਿੰਡ ਆਓ, ਅਕੈਡਮੀ 'ਚ ਆਓ, ਪ੍ਰਾਈਵੇਟ ਅਕੈਡਮੀ ਆ, ਇੱਥੇ ਆ ਕੇ ਵੇਖੋ ਕਿ ਯਾਰ ਇੱਕ ਨੌਜਵਾਨ ਆਪਦੀ ਜ਼ਿੰਦਗੀ ਦੀ ਸ਼ੁਰੂਆਤ ਦੇ ਵਿੱਚ ਕੀ ਕਰਨਾ ਚਾਹੁੰਦਾ। ਤਾਂ ਉਹ ਆਪਦੀ ਜ਼ਿੰਦਗੀ ਦੀ ਸ਼ੁਰੂਆਤ ਦੇ ਵਿੱਚ ਨਾ ਅਸਲ ਦੇ ਵਿੱਚ ਕੰਮ ਕਰਨਾ ਚਾਹੁੰਦਾ, ਕਮਾਉਣਾ ਚਾਹੁੰਦਾ, ਆਪਣੇ ਮਾਪਿਆਂ ਨੂੰ ਸੌਖੇ ਕਰਨਾ ਚਾਹੁੰਦਾ। ਫੌਜ 'ਚ ਭਰਤੀ ਹੋਣ ਵੇਲੇ ਵੀ ਨੌਜਵਾਨ ਦਾ ਮਕਸਦ ਆ ਜਿਹੜਾ ਦੇਸ਼ ਸੇਵਾ, ਉਹ ਤਾਂ ਉੱਥੇ ਜਾ ਕੇ ਭਾਵਨਾ ਬਣਦੀ ਆ। ਪਹਿਲਾਂ ਦਾ ਮਕਸਦ ਨਾ ਇੱਕ ਨੌਜਵਾਨ ਦਾ ਇਹ ਹੁੰਦਾ ਕਿ ਤਨਖਾਹ ਆਉਣ ਲੱਗ ਜੇ, ਜੇ ਮਰ ਵੀ ਜਾਈਏ ਨਾ ਤਾਂ ਮਾਪਿਆਂ ਨੂੰ ਸੌਖੇ ਘਰ 'ਚ। ਸਹੀ ਗੱਲ, ਐਵੇਂ ਨਾ ਮਾਸਟਰ ਜੀ ਗੱਲ, ਐਵੇਂ ਨਾ ਗੱਲਬਾਤ। ਤਾਂ ਇੱਥੇ ਜਿਹੜੇ ਨੌਜਵਾਨ ਆਉਂਦੇ ਆ ਉਹਨਾਂ ਤੋਂ ਬਹੁਤ ਮਤਲਬ ਆ ਕੇ ਫੀਲ ਮਿਲਦਾ ਆ। ਹਾਂ ਸਹੀ ਗੱਲ ਹੈ ਜੀ। ਮਾਸਟਰ ਜੀ ਮੈਂ ਬਾਕੀ ਫਿਰ ਗੱਲਾਂ ਕਰੂੰਗਾ, ਮੈਂ ਤੁਹਾਨੂੰ ਦੱਸਦਾ ਕਿ ਬੰਦੇ ਮੇਰੇ ਮਿੱਤਰ ਆ, ਯਾਰ ਆ, ਇਹਨਾਂ ਦੀ ਟੈਂਟ ਦੀ ਵੀਡੀਓ ਪਾਈ ਸੀ, ਉਦੋਂ ਬਾਅਦ ਸਾਡਾ ਯਰਾਨਾ ਪੈ ਗਿਆ। ਫਿਰ ਇਹਨਾਂ ਨੇ ਰੌਂਤੇ ਵਾਲੇ ਗਿੱਲ ਦੇ ਵਿਆਹ 'ਤੇ ਕੜਤੇ ਕੜੈਲ, ਫਿਰ ਉਦੋਂ ਬਾਅਦ ਸਾਨੂੰ ਇਹ ਚੜ੍ਹਾਈ ਬਣ ਗਈ ਸਾਡੀ, ਇਹ ਉੱਥੇ ਟੈਂਟ ਲੱਗਣ ਤੋਂ ਬਾਅਦ ਵੀ ਇਹਨਾਂ ਨੂੰ ਯਾਰ ਕਹਿਣ 'ਚ ਮਾਣ ਮਹਿਸੂਸ ਹੋਣ ਲੱਗਿਆ ਵੀ ਇਹ ਸਾਡੇ ਯਾਰ ਆ, ਕਹਿਣ 'ਚ ਸਵਾਦ ਆਉਣ ਲੱਗ ਗਿਆ। ਹੁਣ ਮੈਨੂੰ ਦੱਸ ਪਹਿਲੀ ਗੱਲ ਵੀ ਤੁਹਾਡੀ ਸਕਸੈਸ ਰੇਟ ਕੀ ਆ? ਸਟੂਡੈਂਟ ਬਹੁਤ ਆ, 500 ਸਟੂਡੈਂਟ। ਹਾਂਜੀ ਤਕਰੀਬਨ, ਮੈਂ ਤੁਹਾਨੂੰ ਦੱਸਦਾ, ਅਸੀਂ ਸ਼ੁਰੂ ਕੀਤਾ ਸੀ 2015 'ਚ ਜੀ, ਅਸੀਂ ਸ਼ੁਰੂ ਕੀਤਾ ਸੀ ਤਕਰੀਬਨ, ਜਾਣੀ ਕਿ ਮੇਰੇ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਗੱਗੀ ਦਾ ਬ੍ਰਦਰ ਹੈ ਵੱਡਾ, ਉਹ ਆਰਮੀ 'ਚ ਆ ਕਮਲ, ਉਹਨੇ ਸ਼ੁਰੂ ਕੀਤਾ ਸੀ 22 ਜਾਣਿਆਂ ਤੋਂ। ਉਹਦਾ ਤਕਰੀਬਨ 19 ਪਤਾ ਨਹੀਂ 20 ਜਾਣੇ 2014 ਦੇ ਐਂਡ 'ਚ ਭਰਤੀ ਹੋਏ, ਉਦੋਂ ਮੈਂ ਜੁੜਿਆ 2015 ਤੋਂ। ਸਾਡੇ ਵੇਲੇ ਸੀਗੇ 65 ਜਾਣੇ ਪਹਿਲੀ ਵਾਰੀ, ਜਿਹਦੇ 'ਚੋਂ 62 ਜਾਣੇ ਭਰਤੀ ਹੋ ਗਏ ਸੀ, ਜਿਹੜੇ 3 ਜਾਣੇ ਰਹਿ ਗਏ ਉਹਦੇ 'ਚੋਂ 2 ਅਗਲੀ ਭਰਤੀ 'ਤੇ ਹੋ ਗਏ, ਇੱਕ ਮੁੰਡਾ ਓਵਰੇਜ ਹੋ ਗਿਆ ਸੀ। ਉਦੋਂ ਬਾਅਦ ਤਕਰੀਬਨ ਆਪਾਂ ਦੇਖੀਏ ਫਿਰ ਸਾਡੇ ਕੋਲ 100 ਹੋ ਗਿਆ, 150 ਹੋ ਗਿਆ, 300 ਹੋ ਗਿਆ, ਹੁਣ 400 ਦਾ ਆਪਣਾ ਲਿਮਿਟ ਆ, ਜਦੋਂ ਆਪਾਂ ਜਵਾਬ ਦੇ ਦਿੰਦੇ ਹਾਂ ਤਕਰੀਬਨ 3500-3600 ਜਾਣਾ ਪੱਕੀ ਗਿਣਤੀ ਤਾਂ ਹਲੇ ਰਜਿਸਟਰ ਤੋਂ ਪਤਾ ਲੱਗੂ, 3500-3600 ਜਾਣਾ ਆਪਣੇ ਕੋਲੋਂ ਭਰਤੀ ਹੋ ਗਿਆ। ਇੱਕ ਤਾਂ ਹੁਣ ਕਹਿਣ ਦੀ ਗੱਲ ਹੁੰਦੀ ਆ, ਆਪਣੇ ਕੋਲ ਸਬੂਤ ਆ, ਸਾਰੇ ਸਾਲਾਂ ਦਾ ਰਿਕਾਰਡ ਪਿਆ ਹੈਗਾ, ਕੋਈ ਮਰਜ਼ੀ ਜੁੰਟ 'ਚ ਚਲੇ ਜਾਓ, ਕੋਈ ਮਰਜ਼ੀ ਸੈਂਟਰ 'ਚ ਚਲੇ ਜਾਓ, ਆਪਣੀ ਅਕੈਡਮੀ ਦਾ ਤੁਹਾਨੂੰ ਪੜ੍ਹਿਆ ਬੰਦਾ ਮਿਲਣਾ ਹੀ ਮਿਲਣਾ। ਵਾਹ ਵਾਹ, ਹਰ ਇੱਕ ਥਾਂ ਦੇ ਉੱਤੇ ਬਹੁਤ ਵੱਡੀ ਗੱਲ। ਹਾਂ, ਅਤੇ ਹੁਣ ਇੱਕ ਤਾਂ ਇਹ ਹੁੰਦਾ ਹੈਗਾ ਵੀ ਅਗਲੇ ਨੂੰ ਕੋਈ ਲਾਲਚ ਹੁੰਦਾ, ਆਪਾਂ ਤਾਂ ਫੀਸ ਲੈ ਲੈਂਦੇ ਅਗਲੇ ਤੋਂ ਪਹਿਲਾਂ, ਮੁੜਕੇ ਵਾਲੇ ਨੂੰ ਕਹਿੰਦਾ ਵੀਰ ਬਣ ਕੇ ਜੇ ਤਾਂ ਤੈਨੂੰ ਜੀ ਕਰਿਆ ਤਾਂ ਮਿਲ ਜੀ ਆ ਕੇ, ਅਤੇ ਵੀ ਨਹੀਂ ਸਾਨੂੰ ਕੋਈ ਚੱਕਰ ਨਹੀਂ। ਹੁਣ ਬਹੁਤ ਅਕੈਡਮੀ ਵਾਲੇ ਫੋਟੋਆਂ ਲਾਉਂਦੇ ਸਾਡੇ ਇੰਨੇ ਭਰਤੀ ਹੋਏ ਆ, ਜੇ ਅਸੀਂ ਫੋਟੋਆਂ ਲਾਉਣ ਲੱਗ ਜੀ ਤਾਂ ਸਾਥੋਂ ਫਲੈਕਸ ਬਣਵਾਇਆ ਨਹੀਂ ਜਾਣਾ, ਬਣਵਾਇਆ ਨਹੀਂ ਜਾਣਾ ਵੀ ਨਾ ਅਸੀਂ ਕਿਤੇ ਪੋਸਟਰ ਛਪਾਇਆ, ਨਾ ਅਸੀਂ ਕਿਤੇ ਭਰਤੀ 'ਤੇ ਗਏ ਹਾਂ। ਜਿਹੜੇ ਬੰਦੇ ਸਾਡੇ ਕੋਲ, ਤੁਸੀਂ ਆਹ ਅਕੈਡਮੀ ਬਣੀ ਜਾਂਦੀ ਆ, ਹੁਣ ਇੱਕ ਥਾਂ ਦੇ ਉੱਤੇ ਮੈਨੂੰ ਕਿਤੇ ਬੋਰਡ ਦਿਖਾ ਦਿਓ ਵੀ ਇਹ ਫਲਾਨੀ ਅਕੈਡਮੀ ਆ, ਆਪਣੀ ਅਕੈਡਮੀ ਆਪਣੇ, ਯਾਨੀ ਕਿ ਆਪਾਂ ਅਕੈਡਮੀ ਦੇ ਨਾਂ ਨਾਲ ਪ੍ਰਸਿੱਧ ਮਸ਼ਹੂਰ ਨਹੀਂ, ਅਕੈਡਮੀ ਆਪਣੇ ਨਾਂ ਨਾਲ ਚੱਲਦੀ ਆ। ਕਿਆ ਬਾਤ ਆ, ਕਿਆ ਬਾਤ! ਹੁਣ ਵਾਲਾ ਕਹਿੰਦਾ ਬਈ ਤੁਹਾਡੀ ਅਕੈਡਮੀ ਦਾ ਨਾਂ ਕਿ ਵੀ ਸਾਡਾ ਨਾਂ ਹੀ ਆ ਬਾਈ, ਵੈਸੇ ਆਪਣੀ ਅਕੈਡਮੀ ਦਾ ਨਾਂ ਐਜੂਕੇਸ਼ਨ ਟ੍ਰੀ ਆਰਮੀ ਕੋਚਿੰਗ ਅਕੈਡਮੀ ਆ, ਪਰ ਜਿੰਨੇ ਜਣੇ ਇੱਥੇ ਪੜ੍ਹਦੇ ਹੋਣਗੇ ਉਹਨਾਂ 'ਚੋਂ ਵੀ ਅੱਧਿਆਂ ਨੂੰ ਹੀ ਪਤਾ ਹੋਊ ਅਕੈਡਮੀ ਦਾ ਨਾਂ ਕੀ ਆ। ਕਿਤੇ ਆਪਾਂ ਪੋਸਟਰ ਲਾਉਣ ਨਹੀਂ ਗਏ, ਤੁਸੀਂ ਕਿਤੇ ਆਮ ਦੇਖੋਗੇ ਫਲਾਨੀ ਅਕੈਡਮੀ ਉੱਤੇ ਸਾਡੇ ਪਿਛਲੇ ਸਾਲ ਦੇ ਆਹ ਭਰਤੀ ਹੋਏ ਨੇ, ਆਪਾਂ ਕਦੇ ਕੋਈ ਪੋਸਟਰ ਨਹੀਂ ਛਪਾਇਆ। ਜਿਹੜਾ ਬੰਦਾ ਭਰਤੀ ਹੋ ਗਿਆ ਉਹ ਆਪਣਾ ਪੋਸਟਰ ਹੈ,
ਉਹ ਨਾ ਧੁੱਪ 'ਚ ਖਰਾਬ ਹੋਵੇ ਨਾ ਮੀਂਹ 'ਚ ਖਰਾਬ ਹੋਵੇ, ਜਿੰਨਾ ਚਿਰ ਉਹ 2015 ਤੋਂ ਲਾ ਕੇ 16 ਤੋਂ ਲਾ ਕੇ ਯਾਨੀ ਕਿ 8-9 ਸਾਲ ਸਰਵਿਸ ਹੋ ਗਈ, ਹੁਣ ਜਦੋਂ ਵੀ ਉਹ ਛੁੱਟੀ ਆਉਂਦੇ ਆ 4 ਜਣਿਆਂ ਨੂੰ ਛੱਡ ਕੇ 5 ਨੂੰ ਛੱਡ ਕੇ ਜਾਂ ਅੱਗੇ ਤੋਂ ਅੱਗੇ ਨੰਬਰ ਦੇ ਦਿੰਦੇ ਆ ਵੀ ਆਹ ਨੰਬਰ ਬਸ ਮੋਬਾਈਲ ਨੰਬਰ ਦੇ ਹਿਸਾਬ ਨਾਲ ਹੀ ਆਪਾਂ ਇੱਕ ਚੀਜ਼ ਕਰਦੇ ਹੁੰਦੇ ਹਾਂ, ਬਸ ਜਦੋਂ ਆਪਾਂ ਪੇਪਰ ਦਾ ਕੋਈ ਬੈਚ ਚਲਾਉਣਾ ਜਾਂ ਤਾਂ ਆਪਾਂ ਇੱਕ ਗਰੁੱਪ ਦੇ ਵਿੱਚ ਛੋਟਾ ਪੋਸਟਰ ਬਣਾ ਕੇ ਪਾ ਦਿੰਦੇ ਹਾਂ ਵੀ ਆਹ ਤਰੀਕ ਨੂੰ ਬੈਚ ਸ਼ੁਰੂ ਆ, ਅਤੇ ਜਾਂ ਆਪਾਂ ਕੋਈ ਫੇਸਬੁੱਕ ਅਤੇ ਯੂਟਿਊਬ 'ਤੇ ਵੀਡੀਓ ਬੋਲ ਕੇ ਪਾ ਦਿੰਦੇ ਵੀ 19 ਤਰੀਕ ਤੋਂ ਸ਼ੁਰੂ ਆ ਭਾਈ, 19 ਤਰੀਕ ਨੂੰ ਤੁਸੀਂ ਆਪਦੇ ਨਾਂ ਬੁੱਕ ਕਰਾ ਦਿਓ ਜਾਂ ਸੀਟਾਂ ਬੁੱਕ ਕਰਾ ਲਓ, ਪਹਿਲਾਂ ਵੀ ਮੁੜ ਕੇ ਆਉਣ ਨਾ, ਬਸ ਆਹ ਸਿਸਟਮ ਹੈ ਵੀ ਕਿਸੇ ਆਪਾਂ ਪਿੰਡ 'ਚ ਨਹੀਂ ਗਏ, ਹੁਣ ਵਾਲੇ ਬਹੁਤ ਕਮਿਸ਼ਨ ਦਿੰਦੇ ਆ ਬਈ ਸਾਡੇ ਕੋਲ ਬੱਚੇ ਭੇਜੋ ਵੀ ਨਾ ਯਾਰ ਕਮਿਸ਼ਨ ਦੀ ਤਾਂ ਲੋੜ ਹੀ ਨਹੀਂ ਕੋਈ ਹੈਗੀ, ਜੇ ਆਪਾਂ ਇੱਥੇ ਕਲਾਸ 'ਚ ਜ਼ੋਰ ਲਾਵਾਂਗੇ ਤਾਂ ਆਪਾਂ ਨੂੰ ਕਮਿਸ਼ਨ ਦੀ ਲੋੜ ਨਹੀਂ। ਵੀਰੇ ਜੇ ਮੰਨ ਕੇ ਚਲੋ ਵੀ ਜਵਾਕ ਆ ਗਿਆ ਉਹਨੇ ਫੀਸ ਐਡਵਾਂਸ ਦੇ ਦਿੱਤੀ, ਹਾਂਜੀ, ਉਹਨੂੰ ਪਸੰਦ ਨਾ ਆਇਆ ਤੁਹਾਡਾ ਵਾਤਾਵਰਨ 5-7 ਦਿਨਾਂ 'ਚ ਉਹਨੇ ਕਿਹਾ ਯਾਰ ਮੈਨੂੰ ਤਾਂ ਸਮਝ ਜਾਣੀ, ਫਿਰ ਆਪਾਂ 5 ਦਿਨਾਂ ਦਾ ਹੀ ਸਿਸਟਮ ਰੱਖਿਆ ਹੁੰਦਾ ਵੀ ਆਪਣੇ ਕੋਲ ਆਪਾਂ GST ਲਾਉਂਦੇ ਹਾਂ, ਆਪਾਂ ਸਲਿੱਪ ਉਹਦੀ ਕੱਢਦੇ ਹਾਂ, ਪਹਿਲਾਂ ਗੱਲ ਆ ਵੀ ਬੱਚਾ 5 ਦਿਨ ਰੁੱਕ ਕੇ ਵੀ ਫੀਸ ਭਰ ਸਕਦਾ, ਅਤੇ ਪਰ ਪਿਛਲੇ ਸਾਲਾਂ 'ਚ ਅਸੀਂ ਇਹ ਕਰਦੇ ਸੀ ਜਦੋਂ ਆਹ ਥੋੜ੍ਹਾ ਅਗਨੀਵੀਰ ਲਾਗੂ ਨਹੀਂ ਸੀ ਹੋਇਆ ਉਦੋਂ ਬੱਚੇ ਬਹੁਤ ਜ਼ਿਆਦਾ ਆਉਣ ਲੱਗ ਗਏ ਸੀ, ਉਹਦਾ ਕਰਕੇ ਅਸੀਂ ਇਹ ਰੱਖਤਾ ਸੀ ਵੀ ਫੀਸ ਲਵਾਂਗੇ ਪਹਿਲਾਂ 5 ਦਿਨ, ਜੇ ਨਾ ਵਧੀਆ ਲੱਗਿਆ ਕਿਰਾਇਆ ਵੀ ਵਾਪਸ ਆ ਅਤੇ ਫੁੱਲ ਫੀਸ ਵਾਪਸ ਹੈ, 5 ਦਿਨਾਂ ਦਾ ਹੋਸਟਲ ਫ੍ਰੀ ਆ, ਇਹ ਹੁਣ ਵੀ ਆ, ਜੇ ਕਿਸੇ ਨੇ ਪਹਿਲੇ ਦਿਨ ਫੀਸ ਭਰਤੀ 4-5 ਦਿਨਾਂ ਬਾਅਦ ਨਾ ਵਧੀਆ ਲੱਗਿਆ ਤਾਂ ਉਹਨੂੰ 19 ਫੀਸ ਵਾਪਸ ਕਰ ਦਿੰਦੇ। ਅੱਛਾ, ਪੂਰੀ ਫੀਸ, ਪੂਰੀ ਫੀਸ ਵਾਪਸ, ਫੁੱਲ ਫੀਸ। ਹਾਂ, ਅੱਜ ਤੱਕ ਕੋਈ ਬੰਦਾ ਇਹ ਕਹਿ ਦੇ ਵੀ ਮੈਂ ਉੱਥੇ ਗਿਆ ਸੀ ਮੈਂ 2 ਦਿਨਾਂ ਬਾਅਦ ਆਇਆ ਵੀ ਮੇਰੀ ਫੀਸ ਨਹੀਂ ਮੁੜੀ, ਅਤੇ ਜੋ ਕੁਛ ਮਰਜ਼ੀ ਆਪਣਾ ਸਿਰ ਉਹਦੀਆਂ ਜੁੱਤੀਆਂ ਹੋਣਗੀਆਂ, ਇਹ ਤਾਂ ਹੋ ਨਹੀਂ ਸਕਦਾ, ਪਤਾ ਇਸ ਗੱਲ ਦਾ ਤਾਂ ਮਾਣ ਆ, ਕਿਉਂਕਿ ਐਂ ਆ ਨਾ ਜੀ ਆਪਾਂ ਦਾ ਮੋੜੀਏ ਤਾਂ ਪੈਸੇ ਤਾਂ ਨਾ, ਜੇ ਆਪਣੇ ਕੋਲ ਜਗ੍ਹਾ ਹੋਵੇ ਜੇ ਉਹ ਜਾਊਗਾ ਉਹ ਥਾਂ 'ਤੇ ਹੋਰ ਆਜੂ ਕੋਈ, ਉਹਨੂੰ ਨਹੀਂ ਵਧੀਆ ਲੱਗੇ ਜਦੋਂ ਆਪਣੇ ਕੋਲ, ਮੰਨ ਲਓ ਵੀ ਆਪਣੇ ਕੋਲ ਜਗ੍ਹਾ ਆਪਣੀ ਜਗ੍ਹਾ ਹੈ ਨਹੀਂ, ਆਪਣੇ ਕੋਲ ਜਿੰਨੇ ਕੁ ਬੰਦੇ ਪੜ੍ਹਾਉਣ ਦੀ ਉਨੀ ਜਗ੍ਹਾ ਗਈ, ਜੇ ਉਹਨੇ ਜਾਣਾ ਨਹੀਂ ਵਧੀਆ ਲੱਗੋ ਕਿਤੇ ਹੋਰ ਵਗ ਜੂ। ਥੋੜ੍ਹਾ ਜਿਹਾ ਫਰੇਮ ਵੱਡਾ ਰੱਖ ਲਾ ਪੁੱਤ, ਸਾਈਡ 'ਤੇ ਨਾ ਟ੍ਰੇਨਿੰਗ ਚੱਲਦੀ ਰਹਿੰਦਾ ਵੀਡੀਓ ਜਿਹੜੀਆਂ ਉਹ ਵੀ ਲਾ ਦਿਆਂਗੇ। ਆਪਣਾ ਨਾ ਵੀਰੇ ਮੈਨੂੰ ਇੱਕ ਗੱਲ ਹੋਰ ਦੱਸ ਦੇ ਵੀ, ਜਿਹੜਾ ਨਾ ਆਪਾਂ ਮਤਲਬ ਤਿਆਰੀ ਕਰਾਉਂਦੇ ਹਾਂ ਪੇਪਰ ਦੀ ਤਿਆਰੀ, ਹੈ ਨਾ, ਆਪਾਂ ਪੇਪਰ ਦੀ ਤਿਆਰੀ ਹੁੰਦੀ, ਇੱਕ ਤਾਂ ਅਗਨੀਵੀਰ ਦੀ ਹੋ ਗਈ, ਹਾਂਜੀ, ਹੋਰ ਕਾਹਦੀ ਹੁੰਦੀ? ਜਿਵੇਂ ਹੁਣ ਇਦੋਂ ਪਹਿਲਾਂ SSC ਦਾ ਬੈਚ ਚੱਲਿਆ, ਜਿਵੇਂ BSS ਵਗੈਰਾ ਦਾ, ਇਹ ਖਤਮ ਹੋਊ ਪੰਜਾਬ ਪੁਲਿਸ ਦਾ, ਯਾਨੀ ਕਿ ਵੈਸੇ ਕੋਈ ਵੀ ਆਪਣੀ ਗਵਰਨਮੈਂਟ ਜੋਬ ਦੀ, ਕਿਉਂਕਿ ਤਿਆਰੀ ਸੇਮ ਹੁੰਦੀ ਹੈ ਜੀ, ਅਸਲ ਜੇ ਆਪਾਂ ਦੇਖੀਏ ਮੈਥ ਰੀਜਨਿੰਗ GK ਸਾਇੰਸ ਇਹੀ ਚੀਜ਼ਾਂ ਨੇ। ਅੱਛਾ, ਜਿੰਨੇ ਵੀ ਗਵਰਨਮੈਂਟ ਹੁਣ ਆਪਣੇ ਸਕੂਲਾਂ 'ਚ ਪਤਾ ਕੀ ਹੈ ਜੀ, ਆਪਾਂ ਨੂੰ ਇਹੀ ਨਹੀਂ ਪਤਾ ਸਕੂਲਾਂ 'ਚ ਬੱਚਿਆਂ ਨੂੰ ਵੀ +2 ਤੋਂ ਬਾਅਦ ਮੈਂ ਕਰਨਾ ਕੀ ਆ। ਹੁਣ ਆਪਣੇ ਕਈ ਵਿਚਾਰੇ ਆਪਣੇ ਮਾਂ ਪਿਓ ਅਨਪੜ੍ਹ ਹੁੰਦੇ, ਉਹ ਕਹਿੰਦੇ ਪੁੱਤ BA ਕਰਕੇ ਕੀ ਕਰ ਲਏਗਾ। ਹੁਣ ਆਪਣੇ ਜਿੰਨੀਆਂ ਪੰਜਾਬ 'ਚ ਗਵਰਨਮੈਂਟ ਜੋਬਾਂ ਨੇ ਜਿਹਦੇ 'ਚੋਂ 90% ਕੁਆਲੀਫਿਕੇਸ਼ਨ ਹੀ ਗ੍ਰੈਜੂਏਸ਼ਨ ਆ, BA ਕਹਿ ਲਓ, BS ਜਿਹਦੇ ਮੂਹਰੇ B ਲੱਗੀ, B ਬੋਆਏ ਵਾਲੀ ਲੱਗੀ, ਤੁਸੀਂ ਗਵਰਨਮੈਂਟ ਜੋਬ ਦੇ ਲੈਣ ਲਈ ਐਲੀਜੀਬਲ ਹੀ ਉਦੋਂ, ਪੋਸਟ ਹੀ ਉਦੋਂ ਭਰ ਸਕਦੇ ਹੋ ਜ਼ਿਆਦਾਤਰ ਜਦੋਂ ਤੁਹਾਡੇ ਮੇਰੇ B ਲੱਗੀ। +2 ਬੇਸ 'ਤੇ ਪੋਸਟਾਂ ਹੀ ਥੋੜ੍ਹੀਆਂ ਰਹਿਗੀਆਂ, ਜਿਵੇਂ ਪਟਵਾਰੀ ਲਾ ਲਓ, ਪਹਿਲਾਂ ਪਟਵਾਰੀ ਭਰੀ ਨਹੀਂ 10ਵੀਂ ਬੇਸ 'ਤੇ, ਅੱਜ ਤੋਂ 20-25 ਸਾਲ ਪਹਿਲਾਂ, ਫਿਰ ਪਟਵਾਰੀ ਲਈ ਯੋਗਤਾ ਉਹਨੇ +2 ਕਰਤੀ, ਹੁਣ ਪਟਵਾਰੀ ਲਈ BA ਆ। ਹੁਣ ਆਪਣੇ ਅੱਧੇ ਬੱਚੇ ਕੀ ਕਰਦੇ ਨੇ, ਹੁਣ 10ਵੀਂ ਬੇਸ 'ਤੇ ਤਾਂ 1-2 ਜੋਬਾਂ ਨੇ, ਜਿਵੇਂ ਆਰਮੀ ਹੋ ਗਈ, +2 ਬੇਸ 'ਤੇ BSF ਹੈ, ਉਦੋਂ ਬਾਅਦ ਉਹ ਬੰਦੇ ਜੇ ਸਿਲੈਕਟ ਨਾ ਹੋਏ ਉਹ ਕਿਸੇ ਦੁਕਾਨ 'ਤੇ ਲੱਗ ਜਾਂਦਾ, ਕੰਮ ਸਿੱਖ ਲੈਂਦੇ ਆ। ਹੁਣ ਮੈਂ ਹਰੇਕ ਨੂੰ ਇਹ ਬੇਨਤੀ ਕਰਦਾ ਵੀ ਜੇ ਤੂੰ ਕੰਮ ਕਰਦਾ ਪ੍ਰਾਈਵੇਟ BA ਜ਼ਰੂਰ ਕਰ ਲਾ, ਕਿਉਂਕਿ ਜਿਹੜੀ ਆਪਣੀ ਪੰਜਾਬ ਗੌਰਮੈਂਟ ਜਾਂ ਸੈਂਟਰ ਗੌਰਮੈਂਟ ਦੀਆਂ ਜੋਬਾਂ ਨੇ ਉਹਦੇ ਲਈ ਆਪਣੇ, ਜਿਵੇਂ ਸਿਵਲ ਦੀ ਜੋਬ ਕਰਨੀ ਹੋਈ ਆਮ, ਉਹਦੇ ਲਈ 35 ਸਾਲ ਤਾਂ 37 ਸਾਲ ਤਾਂ ਆਮ, ਅਤੇ SC ਲਈ 42 ਸਾਲ ਦੀ ਉਮਰ ਆ। ਹੁਣ ਜਿਹੜਾ ਇੱਕ ਜਣਾ ਇੱਥੇ 21 ਸਾਲ ਦਾ, ਮੰਨ ਲਓ ਕਿਸੇ ਕਾਰਨ ਉਹਦਾ ਕੱਦ ਨਾ ਆਇਆ ਕੋਈ ਵੀ ਰਹਿ ਗਿਆ, ਉਹ ਸੋਚਦਾ ਮੇਰਾ ਤਾਂ ਓਵਰੇਜ ਹੋ ਗਿਆ ਯਾਰ, ਹੁਣ ਮੈਂ ਤਾਂ ਦੁਕਾਨ 'ਤੇ ਲੱਗ ਜਾ, ਵੀ ਉਹਦੇ ਲਈ ਹਲੇ ਵੀ ਆਪਣੇ 20-21 ਸਾਲ ਪਏ ਆ, ਜੇ ਉਹ 3 ਸਾਲ ਪੜ੍ਹਾਈ ਕਰਕੇ ਕੋਈ ਹੋਰ ਗੌਰਮੈਂਟ ਜੋਬ ਲੈ ਸਕਦਾ। ਅੱਛਾ, ਇਹ ਨਾਲ ਅਗਲੇ ਨੂੰ ਦੱਸ ਦਿੰਦੇ ਆ ਵੀ ਤੂੰ ਭਰਾ ਐਂ ਕਰ ਲਈ, ਮੈਨੂੰ ਐਂ ਦੱਸੋ ਬਈ ਤੁਸੀਂ ਤਾਂ ਫਿਰ ਪੰਜਾਬੀ 'ਚ ਹੀ ਪੜ੍ਹਾਉਂਦੇ ਆ? ਪੰਜਾਬੀ 'ਚ। ਹਿੰਦੀ ਵਾਲਾ ਬੰਦਾ ਨਾ ਆਵੇ? ਨਹੀਂ, ਹਿੰਦੀ ਰੌਲਾ ਇਹ ਵਾ
ਪੇਪਰ ਸਾਰਾ ਹਿੰਦੀ 'ਚ ਹੁੰਦਾ। ਅੱਛਾ, ਜਿਹੜੀ ਚੀਜ਼ ਪੰਜਾਬੀ ਅਤੇ ਹਿੰਦੀ 'ਚ ਅਲੱਗ ਆ ਉਹ ਦੋਨੇ ਭਾਸ਼ਾਵਾਂ 'ਚ ਬੋਲੀ ਜਾਊ। ਠੀਕ ਹੈ ਜੀ। ਅਤੇ ਇੰਗਲਿਸ਼ ਦੇ ਵਿੱਚ ਵੀ ਜੇ ਕੋਈ ਬੰਦਾ ਸਮਝਣਾ ਉਹਨੂੰ ਬੋਲਿਆ ਜਾਊ ਵੀ ਆਪਾਂ ਆਮ ਬੋਲਚਾਲ ਪੰਜਾਬੀ ਆ, ਲਿਖਦੇ ਬੋਰਡ 'ਤੇ ਆਪਾਂ ਹਿੰਦੀ ਹਾਂ। ਠੀਕ ਆ। ਬੋਲ ਜਿਹੜੇ ਨੋਟਸ ਦੇ ਨੇ ਉਹ ਹਿੰਦੀ 'ਚ, ਕਿਉਂਕਿ ਇਹਨਾਂ ਦੀ ਲੈਂਗੁਏਜ ਹਿੰਦੀ ਆ ਪੇਪਰ ਦੀ। ਅੱਛਾ। ਜਿਹੜਾ ਪੰਜਾਬ ਪੁਲਿਸ ਦਾ ਉਹ ਪੰਜਾਬੀ ਅਤੇ ਅੰਗਰੇਜ਼ੀ ਆ ਉਹਦੇ ਆਪਾਂ ਪੰਜਾਬੀ 'ਚ ਪੜ੍ਹਾਉਣੇ ਆ। ਠੀਕ ਆ। ਵੀ ਜਿਵੇਂ ਹੁਣ ਆਪਾਂ ਇਹ ਕਹਿੰਦੇ ਹੁੰਦੇ ਸੀ ਵੀ ਆਹ ਅਰਧ ਵਿਆਸ ਹੋ ਗਿਆ ਜਿਵੇਂ ਪੌਦੇ 'ਚ, ਉਹਨੂੰ ਹਿੰਦੀ 'ਚ ਜੇ ਤ੍ਰਿਜਾ ਕਹਿੰਦੇ ਨੇ ਆਪਾਂ ਉਹਨੂੰ ਦੱਸਦੇ ਹਾਂ ਭਾਈ ਉਹਨੂੰ ਤ੍ਰਿਜਾ ਕਹਿੰਦੇ ਨੇ। ਹੁਣ ਜਿਹੜੀ ਚੀਜ਼ ਨੂੰ ਕਹਿੰਦੇ ਸੀ ਉਹ ਚੀਜ਼ ਆਪਾਂ ਦੱਸਦੇ ਹਾਂ ਵੀ ਹਿੰਦੀ 'ਚ ਵੀ ਉਹੀ ਆ, ਪੰਜਾਬੀ 'ਚ ਵੀ ਉਹੀ। ਠੀਕ ਹੈ, ਠੀਕ ਹੈ। ਅਤੇ ਇੱਕ ਗੱਲ ਮੈਨੂੰ ਐਂ ਦੱਸੋ, ਕਿੰਨੇ ਦਿਨਾਂ ਦਾ ਬੈਚ ਹੁੰਦਾ ਇਹ? ਤਕਰੀਬਨ ਘੱਟ ਤੋਂ ਘੱਟ 2 ਮਹੀਨੇ ਆ ਜੀ। 60 ਦਿਨ? ਹਾਂ, ਹੁਣ ਅਸੀਂ ਤਕਰੀਬਨ 22 ਫਰਵਰੀ ਤੋਂ ਸ਼ੁਰੂ ਕੀਤਾ ਸੀ, 21-22 ਅਪ੍ਰੈਲ ਤੱਕ ਚੱਲੂਗਾ। ਚੱਲੂਗਾ, ਹਾਂ, 2 ਮਹੀਨੇ। ਜਿਵੇਂ ਹੁਣ ਮੈਂ ਅਸਲ ਦੇ ਵਿੱਚ ਮੈਂ ਬਾਈ ਹੋਣਾ ਕੋਲ ਆਪਣੀ ਇੱਛਾ ਨਾ ਆਇਆ, ਬਾਈ ਹੋਣਾ ਨੇ ਨਹੀਂ, ਮੈਂ ਕਿਹਾ ਸੀਗਾ ਕਿ ਯਾਰ ਮੈਂ ਤੁਹਾਡੀ ਅਕੈਡਮੀ, ਕਿਉਂਕਿ ਜਦੋਂ ਅਸੀਂ ਟੈਂਟ ਵਾਲੇ ਮਸਲੇ 'ਤੇ ਇਕੱਠੇ ਹੋ ਗਏ, ਦੋਸਤ ਬਣ ਗਏ, ਉਸ ਤੋਂ ਬਾਅਦ ਸਾਡੀ ਗੱਲਬਾਤ ਚੱਲਦੀ ਰਹਿੰਦੀ ਸੀ ਆਪਸ ਵਿੱਚ। ਇੱਕ ਗੱਲ ਹੋਰ ਜੀ, ਹੁਣ ਕਈ ਬਹੁਤ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਉਹ ਨਾ ਗੌਰ ਆਪਣਾ ਜਿਹੜੇ ਆਪਣੇ ਡਾਕੂਮੈਂਟ ਹੁੰਦੇ ਉਹ ਬੱਚੇ ਦੇ ਜਮ੍ਹਾਂ ਕਰਾ ਲੈਂਦੇ ਪਹਿਲਾਂ। ਹਾਂ, ਬਾਅਦ ਦੇ ਵਿੱਚ ਜਦੋਂ ਬੱਚਾ ਭਰਤੀ ਹੋ ਜਾਂਦਾ, ਤੁਹਾਨੂੰ ਅਸੀਂ ਭਰਤੀ ਕਰਾਇਆ, ਇੰਨੇ ਪੈਸੇ ਤੋਂ ਆਪਣਾ ਉਹ ਕੰਮ ਕੋਈ ਨਹੀਂ। ਆਪਾਂ ਨੂੰ ਫੀਸ ਲੈਤੀ, ਇੱਕ ਆਧਾਰ ਕਾਰਡ, ਇੱਕ ਆਪਾਂ ਸਿਵਾਇ ਘੋਸ਼ਣਾ ਪੱਤਰ ਭਰਾਉਂਦੇ ਹਾਂ ਵੀ ਭਾਈ ਇੱਥੇ ਤਾਂ ਕੋਈ ਰਿਜਨਲ ਡਾਕੂਮੈਂਟ ਜਮ੍ਹਾਂ ਨਹੀਂ ਹੋਇਆ, ਤੂੰ ਆਪਦੀ ਮਰਜ਼ੀ ਨਾਲ ਆਇਆ, ਕੱਲ੍ਹ ਨੂੰ ਕਿਸੇ ਲੜਾਈ ਝਗੜਾ ਕਰੇਂਗਾ ਤੈਨੂੰ ਤੋਰਾਂਗੇ ਘਰੇ, ਤੇਰੀ ਕੋਈ ਫੀਸ ਵਾਪਸ ਨਹੀਂ ਹੋਣੀ। ਕੱਲ੍ਹ ਨੂੰ ਜੇ ਤੇਰੇ 'ਤੇ ਕੋਈ ਪੁਲਿਸ ਕੇਸ ਆ ਤੂੰ ਭਗਾਉੜਾਂਗਾ, ਤੁਹਾਨੂੰ ਲਿਖ ਕੇ ਦੇ ਵੀ ਭਾਈ ਮੈਂ ਕਿਸੇ ਕੇਸ 'ਚੋਂ ਭਗਾਉੜਾ ਨਹੀਂ। ਆਪਾਂ ਇੱਕੋ ਐਫੀਡੈਵਿਟ ਲੈਂਦੇ ਅਗਲੇ ਤੋਂ, ਇੱਕ ਆਧਾਰ ਕਾਰਡ ਦੀ ਫੋਟੋ ਕਾਪੀ, 2 ਫੋਟੋਆਂ, ਕੋਈ ਓਰੀਜਨਲ ਡਾਕੂਮੈਂਟ ਨਹੀਂ ਲੈਂਦੇ ਵੀ 10ਵੀਂ 12ਵੀਂ ਦੇ ਸਰਟੀਫਿਕੇਟ ਰੱਖ ਲੈਂਦੇ ਆ, ਉਲਝ ਜਾਂਦਾ ਬਾਅਦ 'ਚ ਅਗਲਾ ਕਹਿੰਦਾ ਜਦੋਂ ਤੂੰ ਭਰਤੀ ਹੋਊਗਾ ਬਈ ਜੇ ਡਾਕੂਮੈਂਟ ਬਣਾਉਣੇ ਆ ਮੇਰੇ ਤੇਰੇ ਇੰਨੇ ਰੁਪਏ ਲੱਗੇ ਨੇ ਮੈਨੂੰ ਉਹ ਦੇ ਦੇ। ਹੁਣ ਬਹੁਤਾਂ ਨੇ ਐਤਕੀ ਇਹ ਗੱਲ ਕਰੀ ਆ ਵੀ ਭਾਈ ਆਓ ਸਾਡੇ ਕੋਲ ਫ੍ਰੀ ਰੱਖਾਂਗੇ, ਫ੍ਰੀ ਸਾਰਾ ਕੁਝ, ਜਦੋਂ ਭਰਤੀ ਹੋ ਗਏ ਉਦੋਂ ਫੀਸ ਲਵਾਂਗੇ। ਹੁਣ ਉਦੋਂ ਬਈ ਉਹ ਲੱਖ ਲੈ ਲੈਣਗੇ, 1.5 ਲੱਖ ਲੈ ਲੈਣਗੇ। ਹਾਂ, ਉਹ ਹੁਣ ਐਂ ਤਾਂ ਹੈ ਨਹੀਂ ਨਾ, ਫਿਰ ਉਹਨਾਂ ਆਪਦਾ ਹੀ ਲੈਣਗੇ, ਕਮਾਉਣਾ ਤਾਂ ਉਹਨਾਂ ਨੇ ਹੈਗਾ ਹੀ ਆ ਨਾ। ਜੇ ਇਨਵੈਸਟ ਕੀਤਾ ਹੁਣ ਮੰਨ ਲਓ ਵੀ ਜਿਹੜਾ ਕੋਈ ਨਾ ਭਰਤੀ ਹੋ ਉਹਦੇ ਪੈਸੇ ਵੀ ਉਹਨਾਂ 'ਚੋਂ ਕੱਢਣੇ ਆ ਨਾ ਵੀ, ਤਾਂ ਕਰਕੇ ਆਪਾਂ ਉਹ ਸਪਸ਼ਟ ਦੱਸ ਕੇ ਪਹਿਲਾਂ ਫੀਸ ਲੈਂਦੇ ਵੀ ਇੰਨੀ ਫੀਸ ਆ, ਇੰਨੀ GST ਆ ਬਾਈ, ਇੰਨਾ ਸਾਡਾ ਰਹਿਣ ਸਹਿਣ ਦਾ, ਤਕਰੀਬਨ 2 ਕੁ ਮਹੀਨਿਆਂ ਦਾ 15,000 ਰੁਪਇਆ, ਵਿੱਚੇ ਹੋਸਟਲ ਦਾ, ਵਿੱਚੇ ਪੜ੍ਹਾਈ ਦਾ, ਵਿੱਚੇ ਸਾਰਾ ਕੁਝ, ਵਿੱਚੇ ਖਾਣੇ ਦਾ, ਵਿੱਚੇ ਖਾਣੇ ਦਾ, 3 ਟਾਈਮ ਖਾਣਾ ਸਾਰਾ ਵਧੀਆ ਆਪੀ ਵਿੱਚੇ। ਜੇ ਜੇ ਕਿਸੇ ਨੇ ਮੰਨ ਲਓ ਹੋਸਟਲ ਨਹੀਂ ਲੈਣਾ, ਤਕਰੀਬਨ 8,500 ਫੀਸ ਆਉਂਦੀ ਵਿੱਚੇ GST ਦੀ, 2 ਮੰਥ ਦੀ। ਮਤਲਬ GST ਸਮੇਤ 8,500 ਰੁਪਇਆ 2 ਮਹੀਨੇ ਪੜੇ ਜਵਾਬ ਪੜੇ। ਹਾਂ, ਤੇ ਫਿਜ਼ੀਕਲੀ? ਫਿਜ਼ੀਕਲ ਉਦੋਂ ਬਾਅਦ ਹੈ ਜੀ। ਹੁਣ ਇਹਨਾਂ ਦਾ ਪਤਾ ਕੀ ਸਿਸਟਮ ਹੈਗਾ ਵੀ, ਹੁਣ ਪਹਿਲਾਂ ਇਹਨਾਂ ਨੇ ਪੇਪਰ ਲੈ ਲਿਆ, ਜਿਹੜੇ ਪੇਪਰ 'ਚੋਂ ਇਹਨਾਂ ਨੇ 5-7 ਗੁਣਾ ਵੱਧ ਬੱਚੇ ਪਾਸ ਕਰ ਲਏ, ਫਿਰ ਇਹਨਾਂ ਨੇ 2 ਮਹੀਨੇ ਦੇਣੇ ਆ ਫਿਜ਼ੀਕਲ ਲਈ। ਉਦੋਂ ਬਾਅਦ ਜਿਹੜਾ ਬੱਚਾ ਪੇਪਰ ਪਾਸ ਕਰੂ ਫਿਜ਼ੀਕਲ ਉਹਦਾ ਹੋਣਾ। ਹੁਣ ਆਪਾਂ ਪਹਿਲਾਂ ਵਾਲੇ ਦਾ ਫਿਜ਼ੀਕਲ ਕਰਾਈ ਜਾਈਏ, ਪੇਪਰ ਕਲੀਅਰ ਨਾ ਹੋਵੇ ਉਹ ਗੋਡੇ ਦੇ ਡੰਡ ਲਵਾ ਕੇ ਮੱਤ ਮਾਰ ਦੇ ਉਹਦੀ। ਹੁਣ ਕਈ ਥਾਵਾਂ ਤੇ ਇਹੀ ਚੱਲਦਾ, ਉਹ ਕੀ ਕਰੀ ਜਾਂਦੇ ਨੇ, ਫਿਜ਼ੀਕਲ ਭਜਾਈ ਜਾਂਦੇ ਨੇ, ਪੇਪਰ ਵੱਲ ਧਿਆਨ ਨਹੀਂ, ਪੇਪਰ ਕਲੀਅਰ ਨਹੀਂ ਹੋਣਾ, ਫਿਜ਼ੀਕਲ ਫੇਰ ਹੀ ਕਲੀਅਰ ਕਰੂ ਨਾ ਜੇ ਬੰਦਾ ਪੇਪਰ 'ਚੋਂ ਪਹਿਲਾਂ ਉਹਦਾ ਨਾਮ ਮੈਟ 'ਚ ਨਾ ਹੋ। ਪਹਿਲਾਂ ਇਹ ਹੁੰਦਾ ਸੀ, ਪਹਿਲਾਂ ਫਿਜ਼ੀਕਲ ਹੁੰਦਾ ਸੀ ਤੋਂ 2 ਸਾਲ ਪਹਿਲਾਂ, ਫਿਰ ਪੇਪਰ ਹੁੰਦਾ, ਉਦੋਂ ਪਹਿਲਾਂ ਕਰਾਉਣੇ ਆਪਾਂ ਫਿਜ਼ੀਕਲ ਦੀ ਵੀ ਆ, ਇਦੋਂ ਬਾਅਦ ਚਲਾਵਾਂਗੇ ਉਹ। ਤਕਰੀਬਨ ਜਿੰਨੇ ਕੁ ਬੱਚੇ ਆਪਣੇ ਕੋਲ ਰਹਿੰਦੇ ਨੇ ਇਹਨਾਂ ਦੇ ਕੱਲੇ ਰੋਟੀ ਪਾਣੀ ਦੇ ਖਰਚੇ ਤੇ ਕੱਲੇ GST ਤੇ ਲਾਵਾਂਗੇ ਵੀ ਜਿੰਨਾ ਕੁ ਆਪਾਂ ਨੂੰ, ਤੇ ਜੇ ਕੋਈ ਨਵਾਂ ਬੱਚਾ ਆਊ ਉਹਦੇ ਹਿਸਾਬ ਨਾਲ ਆਪਾਂ ਫੀਸ ਰੱਖਦੇ ਹਾਂ। ਠੀਕ ਹੈ, ਠੀਕ ਹੈ, ਠੀਕ ਹੈ। ਮਤਲਬ ਪਹਿਲਾਂ ਆਪਾਂ ਉਹਨੂੰ ਤੇ ਪੇਪਰ ਲਈ ਫਿੱਟ ਕਰਦੇ ਆ, ਜਦੋਂ ਪੇਪਰ ਫਿੱਟ ਕਰ ਲਿਆ ਉਦੋਂ ਬਾਅਦ ਫਿਜ਼ੀਕਲ ਤੋਂ ਪਹਿਲਾਂ ਆਪਾਂ ਫਿਜ਼ੀਕਲੀ ਫਿੱਟ ਕਰ ਦਿੰਦੇ ਆ। ਜੇ ਕੋਈ ਹੋਣਾ ਚਾਹੁੰਦਾ ਤਾਂ ਉਹਦੀ ਮਰਜ਼ੀ, ਜੇ ਕੋਈ ਨਹੀਂ ਹੋਣਾ ਚਾਹੁੰਦਾ ਤਾਂ ਉਹਦੀ ਮਰਜ਼ੀ ਆ। ਉਹ ਆਪਾਂ ਕੋਈ ਜ਼ਰੂਰੀ ਨਹੀਂ, ਆਪਣੇ ਕੋਲ ਪੜ ਗਿਆ ਕਿਤੇ ਮਰਜ਼ੀ ਪਿੰਡ, ਆਪਾਂ ਇਹਨਾਂ ਨੂੰ ਇਹੀ ਕਹਿੰਦੇ ਵੀ ਜੇ ਤੁਹਾਡੇ ਕੋਲ ਪਿੰਡ ਦੇ ਨੇੜੇ ਤੇੜੇ ਕੋਈ ਫਿਜ਼ੀਕਲ ਕਰਾਉਣ ਵਾਲਾ ਹੈਗਾ ਉੱਥੇ ਕਰ ਲਓ, ਕੋਈ ਜ਼ਰੂਰੀ ਨਹੀਂ, ਆਪ ਕਰ ਲਓ, ਆਪ ਕਰੋ। ਜੇ ਤੁਹਾਡੇ ਕੋਲ ਨਹੀਂ ਹੈਗਾ ਕੋਈ ਕਰਾਉਣ ਵਾਲਾ ਤੁਸੀਂ ਇੱਥੇ ਆ ਸਾਡੇ ਕੋਲ ਆ ਜਾਓ। ਤੇ ਫਿਰ ਨੰਬਰ 2 ਤੇ ਗੱਲ ਇਹ ਵੀ ਆ ਵੀ ਜਿਹੜੇ ਇੱਥੇ ਰਹਿੰਦੇ ਆ ਸਟੂਡੈਂਟ ਉਹਨਾਂ ਦੇ ਖੇਡਣ ਮੱਲਣ ਨੂੰ ਗਰਾਊਂਡ ਗਰਾਊਂਡ ਪਿੱਛੇ ਸਾਰਾ ਕੁਝ ਹੈ। ਓਕੇ, ਉਹ ਹੈਗਾ, ਉਹ ਹੈਗਾ। ਹਾਂ, ਉਹ ਹੈਗਾ। ਮਤਲਬ ਕਹਿਣ ਤੋਂ ਭਾਵ ਇਹ ਆ ਵੀ ਜਿਹੜੇ ਕਈ ਮੁੰਡਿਆਂ ਨੂੰ ਖੇਡਣ ਖੁੱਡਣ ਵਾਲੇ ਮੁੰਡੇ ਹੁੰਦੇ ਹੈਗਾ ਸਾਰਾ ਕੁਝ ਹੈ ਜੀ, ਤਾਂ ਉਹਨਾਂ ਨੂੰ ਸ਼ੌਂਕ ਹੁੰਦਾ ਖੇਡਣ ਖੁੱਡਣ ਦਾ, ਉਹਨਾਂ ਲਈ ਪ੍ਰਬੰਧ ਪੂਰਾ ਹੈ, ਪ੍ਰਬੰਧ ਪੂਰਾ ਉਹਨਾਂ ਦਾ, ਪ੍ਰਬੰਧ ਪੂਰਾ ਹੈਗਾ। ਰੋਟੀ ਪਾਣੀ ਦੀ ਯਾਰ ਕੋਈ ਸ਼ਿਕਾਇਤ ਆਉਣ ਦਾ ਮਸਲਾ ਹੀ ਨਹੀਂ ਬਣਦਾ, ਇਹ ਬੰਦਿਆਂ ਵੱਲੋਂ ਪੜ੍ਹਾਈ ਦਾ ਸੁਭਾਅ ਵੱਲੋਂ, ਜਾਂ ਇਹ ਬੰਦੇ ਤੁਹਾਡਾ ਨੁਕਸਾਨ ਕਰ ਦੇਣਗੇ, ਗਲਤ ਗਾਈਡ ਕਰ ਦੇਣਗੇ,
ਇਹ ਜ਼ਿੰਮੇਵਾਰੀ ਮੇਰੀ। ਹੁਣ ਕਈ ਗੱਲਾਂ ਆਪਾਂ ਨੂੰ ਸਾਹਮਣੇ ਆਉਂਦੀਆਂ ਨੇ ਵੀ ਬਾਈ ਅਸੀਂ ਨਾ ਆਨਲਾਈਨ ਵੀਡੀਓ ਦੇਖ ਕੇ ਵਗ ਗਏ ਸੀ, ਵੀ ਉੱਥੇ ਵੀਡੀਓ 'ਚ ਗੱਲਾਂ ਹੋਰ ਸੀ, ਉੱਥੇ ਜਾ ਕੇ ਗੱਲਾਂ। ਉਹ ਤਾਂ ਫਿਰ ਮੈਂ ਬੈਠਾ ਨਾ, ਉਹ ਐਫੀਡੈਵਿਟ ਆ ਲੋਪੋ ਵਾਲਾ ਐਫੀਡੈਵਿਟ ਕਰ ਰਿਹਾ ਕੈਮਰੇ ਦੇ ਉੱਤੇ, ਮੱਖੀ ਬੈਠੇ ਹੜਾ ਓਏ। ਹਾਂ ਹਾਂ, ਆਹ ਜਿਹੜੇ 400 ਬੱਚਾ ਆਇਆ ਇਹਨਾਂ ਨੂੰ ਤੁਸੀਂ ਕਿਸੇ ਨੂੰ ਐਂ ਪੁੱਛ ਲਓ ਵੀ ਤੁਹਾਨੂੰ ਇਹ ਘਰੋਂ ਗਏ ਹੁਣ ਜਾਂ ਤੁਸੀਂ ਕਿਤੋਂ ਪੋਸਟਰ ਦੇਖ ਕੇ ਇਹਨਾਂ ਦਾ ਆਏ ਹੋਵੋ, ਜਿੰਨੇ ਬੱਚੇ ਆਏ ਕਿਸੇ ਦੇ ਰੈਫਰੈਂਸ ਥਰੂ ਆਏ ਆ। ਇੱਕ ਗੱਲ ਹੋਰ, 200 ਤਾਂ ਮਤਲਬ ਮੈਂ ਇਹਨਾਂ ਨੂੰ ਨਾ ਇਹ ਕਹਿਣਾ ਹੁੰਦਾ ਜੀ ਵੀ ਜਿਹੜਾ ਬੱਚਾ ਮੇਰੇ ਕੋਲੋਂ ਪਾਸ ਹੋ ਗਿਆ ਉਹ ਤਾਂ ਅਗਲੇ ਵਾਰੀ ਕੋਈ ਬੱਚਾ ਛੱਡ ਕੇ ਜਾਵੇ ਨਾ ਛੱਡ ਕੇ ਜਾਵੇ ਉਹ ਤਾਂ ਕਿਉਂਕਿ ਉੱਥੇ ਚਲਿਆ ਗਿਆ, ਜਿਹੜਾ ਫੇਲ ਹੋ ਗਿਆ ਉਹ ਅਗਲੇ ਵਾਰੀ 2 ਜਾਂ 3 ਜਣਿਆਂ ਨੂੰ ਛੱਡ ਕੇ ਜਾਂਦਾ ਇੱਥੇ ਜ਼ਰੂਰ। ਅੱਛਾ, ਉਹਦਾ ਕਾਰਨ ਵੀ ਮੈਥੋਂ ਗਲਤੀ ਰਹੇਗੀ, ਪੜ੍ਹਾਈ 'ਚ ਕੋਈ ਕਸੂਰ ਨਹੀਂ ਸੀ ਵੀ ਮੈਂ ਨਹੀਂ ਪੜ੍ਹਿਆ। ਨਹੀਂ, ਜਿੱਥੋਂ ਬੱਚਾ ਫੇਲ ਹੋਇਆ ਮੁੜ ਕੇ ਨੱਕ ਨਹੀਂ ਕਰਦਾ ਹੁੰਦਾ ਆਪਣਾ, ਜੇ ਕੋਈ ਬੱਚਾ ਫੇਲ ਹੁੰਦਾ ਅਗਲੇ ਵਾਰੀ ਉਹ 2-3 ਨੂੰ ਛੱਡ ਕੇ ਆਉਂਦਾ ਮੈਥੋਂ ਗਲਤੀ ਹੋ ਗਈ, ਮੈਂ ਆਖੇ ਨਹੀਂ ਲੱਗਿਆ ਮੈਂ ਪੜ੍ਹਿਆ ਨਹੀਂ, ਤੁਸੀਂ ਪੜ੍ਹਿਓ ਵੀਰ ਬਣ ਕੇ। ਫਿਰ ਜੇ ਆਪਣੇ 'ਚ ਕੋਈ ਨੁਕਸ ਹੋਵੋ ਤਾਂ ਮੁੜ ਕੇ ਆਵੇ ਨਾ ਨਾ। ਬਿਲਕੁਲ ਬਿਲਕੁਲ, ਬਾਕੀ ਉਹਦਾ ਪਾਸ ਫੇਲ ਤਾਂ ਕਰਮਾਂ ਦਾ ਜੀ, ਜਾਂ ਕਰਮਾਂ ਦਾ ਇੱਕ ਕਹਾਵਤ ਸੀ, ਕਿਸੇ ਬੰਦੇ ਨੇ ਪੁੱਛਿਆ ਵੀ ਤੇਰੀ IAS ਦੀ ਅਕੈਡਮੀ ਆ ਤੂੰ ਕਿੰਨੇ ਕੁ IAS ਬਣਾ ਤੇ, ਉਹਨੇ ਕੋਈ ਨਹੀਂ ਸੀ ਬਣਾਇਆ। ਉਹ ਕਹਿੰਦਾ ਤੂੰ ਮੈਨੂੰ ਐਂ ਨਾ ਪੁੱਛ, ਮੈਨੂੰ ਐਂ ਪੁੱਛ ਵੀ ਮੈਂ IAS ਵਾਲੀ ਟ੍ਰੇਨ 'ਚ ਕਿੰਨੇ ਬੱਚੇ ਚੜ੍ਹਾ ਤੇ। ਕਹਿੰਦਾ ਉਹ ਤਾਂ ਹੁਣ ਬੈਠਣ ਵਾਲੇ ਦੇ ਸਾਰੇ ਆ, ਕੋਈ ਪਹਿਲੇ ਸਟੇਸ਼ਨ 'ਤੇ ਉੱਟਰ ਗਿਆ ਪਟਵਾਰੀ ਲੱਗ ਗਿਆ, 2 ਸਟੇਸ਼ਨ ਵੱਧ ਬੈਠਾ ਰਿਹਾ ਉਹ ਇੰਸਪੈਕਟਰ ਭਰਤੀ ਹੋ ਗਿਆ, ਜਿਹੜਾ ਭਾਈ ਜਮਾਂ ਕਹਿੰਦਾ ਐਂਡ ਤੇਕਰ ਸਫ਼ਰ ਟ੍ਰੇਨ 'ਚ ਬੈਠਾ ਰਿਹਾ ਉਹ IAS ਬਣ ਗਿਆ। ਉਹ ਤਾਂ ਹੁਣ ਟ੍ਰੇਨ 'ਚ ਬੈਠਣ ਵਾਲੇ ਦੇ ਸਾਰੇ ਕਹਿੰਦਾ ਮੈਂ ਤਾਂ ਚੜ੍ਹਾਉਣ ਵਾਲਾ, ਜਿਹੜਾ ਹੁਣ ਛਾਲ ਮਾਰ ਕੇ ਉੱਤਰ ਗਿਆ ਉਹਨੂੰ ਆਪਾਂ ਕੀ ਕਰਾਂਗੇ, ਆਪਣਾ ਕੰਮ ਆ ਰਸਤਾ ਦਾ। ਹੁਣ ਕਈ ਮੈਨੂੰ ਕਹਿਣਗੇ ਬਾਈ ਤੁਹਾਡੀ ਗਰੰਟੀ ਕੀ ਆ, ਮੈਂ ਕਿਹਾ ਵੀਰੇ ਗਰੰਟੀ ਪੜ੍ਹਾਉਣ ਦੀ ਆ ਅਤੇ ਗਰੰਟੀ ਪੜ੍ਹਨ ਦੀ ਤੇਰੀ ਆ, ਜੇ ਤੂੰ ਪੜ੍ਹੇਗਾ ਨਹੀਂ ਮੇਰੀ ਕਿਹੜੀ ਗਰੰਟੀ ਆ। ਹੁਣ ਮੈਂ ਇੱਥੋਂ ਤੈਨੂੰ ਕਹਿ ਦਾਂ ਭਾਈ ਮੇਰੀ ਪਾਸ ਕਰਾਉਣ ਦੀ ਗਰੰਟੀ ਆ, ਤੂੰ ਉੱਥੇ ਜਾ ਕੇ ਪਹਿਨੀ ਨਾ ਚਲਾਵੀਂ, ਮੇਰੀ ਕਾਹਦੀ ਗਰੰਟੀ ਆ। ਗਰੰਟੀ ਤਾਂ ਇਹ ਹੈ ਵੀ ਤੈਨੂੰ ਜੇ ਨਾ ਸਮਝ ਲੱਗਿਆ ਫੀਸ ਵਾਪਸ ਲੈ ਜੀ, ਪੜ੍ਹਾਉਣ ਦੀ ਗਰੰਟੀ ਆ, ਤੈਨੂੰ ਸਿਲੇਬਸ ਨਾ ਕਰਾਵਾਂ ਉਹਦੀ ਗਰੰਟੀ ਆ, ਜੇ ਤੂੰ ਪੜ੍ਹੇਗਾ ਹੀ ਨਹੀਂ ਮੇਰੀ ਕਾਹਦੀ ਗਰੰਟੀ ਆ। ਹੁਣ ਜਿੰਨੇ ਜਾਣੇ ਬੈਠੇ ਆ ਵਿੱਚੋਂ ਫੇਲ ਵੀ ਹੋਣਗੇ, ਉਹ ਤਾਂ ਉਹਨਾਂ ਦੇ ਸਾਰੇ, ਹੁਣ ਕਿਸੇ ਨੇ ਧਿਆਨ ਹੀ ਨਾ ਦਿੱਤਾ ਜੋ, ਜਿਹੜਾ ਧਿਆਨ ਦੇਊਗਾ ਉਹ 100% ਪਾਸ ਹੋਊ, ਕਦੇ ਇਹ ਨਹੀਂ ਹੋ ਸਕਦਾ ਵੀ ਸਿਲੇਬਸ 'ਚੋਂ ਪੇਪਰ ਨਾ ਆਵੇ। ਹਾਂ, ਜਿਹੜਾ ਸਿਲੇਬਸ ਕਰਾਇਆ ਗਾ ਉਹ ਰਹਿ ਨਾ ਜਾਵੇ ਜਾਂ ਪੇਪਰ ਨਾ ਆਵੇ, ਇਹਦੀ ਆਪਣੀ ਗਰੰਟੀ ਆ। ਜੇ ਹੁਣ ਪੜ੍ਹੂਗਾ ਹੀ ਨਹੀਂ ਉਹਦੀ ਨਹੀਂ ਨਾ ਕੋਈ ਗਰੰਟੀ, ਸਾਰੇ ਪੜ੍ਹਨ ਵਾਲੇ ਨਹੀਂ ਹੁੰਦੇ ਇਹ ਵੀ ਗੱਲ, ਸਾਰੇ ਪੜ੍ਹਨ ਵਾਲੇ ਹੁੰਦੇ ਜੀ, ਵਿੱਚੋਂ ਕਈ ਜਾਣੇ ਹੁਣ ਇਹੋ ਜਿਹੇ ਵੀ ਹੋਣਗੇ ਜਿਹੜੇ ਘਰਦਿਆਂ ਤੋਂ ਆਏ ਆ ਵੀ ਯਾਰ 2 ਮਹੀਨੇ ਆਪਾਂ ਟਾਈਮ ਪਾਸ ਕਰ ਆਵਾਂਗੇ, ਹੁੰਦੇ ਆ ਸਾਰੇ ਭਾਂਤੀ ਦੁਨੀਆ। ਉਹਦਾ ਕਰਕੇ ਹੁਣ ਆਪਾਂ ਤਾਂ ਅਗਲੇ ਨੂੰ ਸਮਝਾ ਦਿੰਦੇ ਹਾਂ ਵੀਰ ਬਣ ਕੇ ਜੇ ਤੂੰ ਭਰਤੀ ਹੋਵੇਂਗਾ ਤੇਰੀਆਂ 3 ਪੀੜ੍ਹੀਆਂ ਸੁਧਰ ਜਾਣਗੀਆਂ, ਇੱਕ ਤੇਰੀ, ਇੱਕ ਤੇਰੇ ਮਾਂ ਪਿਓ ਦੀ, ਤੇਰੇ ਬੱਚਿਆਂ ਦੀ। ਜੇ ਤੂੰ ਫੇਲ ਹੋ ਗਿਆ 3 ਪੀੜ੍ਹੀਆਂ ਗਈਆਂ, ਉਹਨਾਂ ਨੇ ਤਾਂ ਮੰਨ ਲਓ ਸਾਰੀ ਉਮਰ ਘੱਟਾ ਢੋਇਆ, ਉਹਨਾਂ ਦੀ ਹੁਣ ਸੁੱਖ ਲੈਣ ਦੀ ਉਮਰ ਆ। ਜੇ ਤੂੰ ਭਰਤੀ ਹੋਊਗਾ ਚਿੱਟੇ ਕੱਪੜੇ ਪਾ ਕੇ ਖੁੰਡ ਤੇ ਬਹਿ ਜਾਣਗੇ, ਕੱਲ ਨੂੰ ਤੇਰੇ ਬੱਚੇ ਹੋਣਗੇ ਉਹ ਚੰਗੇ ਸਕੂਲਾਂ 'ਚ ਪੜ੍ਹਨਗੇ, ਜੋਬ ਲੱਗਣੀ ਜਿਵੇਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ। ਕੱਲ ਨੂੰ ਤੂੰ ਭਾਈ ਕਿਤੇ ਲੇਬਰ ਕਰੇਗਾ ਕਿਸੇ ਦੁਕਾਨ 'ਤੇ ਕੰਮ ਕਰੇਗਾ, ਤੇਰੇ ਬੱਚੇ ਵੀ ਮਗਰ ਹੋ ਸਕਦਾ ਉਸੇ ਪਾਸੇ ਜਾਣ, ਕਿਉਂਕਿ ਹੁਣ ਆਪਣੇ ਜ਼ਿਆਦਾਤਰ ਇਹ ਕੀ ਹੁੰਦਾ ਵੀ ਫਲਾਨੇ ਦਾ ਡੈਡੀ ਲੱਗਿਆ ਹੋਇਆ ਉਹਦੇ ਮੁੰਡੇ ਨੂੰ ਜੋਬ ਮਿਲ ਗਈ, ਉਹਨੇ ਪੈਸੇ ਦੇ ਦਿੱਤੇ, ਉਹਨੂੰ ਪੈਸੇ ਨਹੀਂ ਦਿੱਤੇ, ਉਹ ਜਿਹਦਾ ਫਾਦਰ ਲੱਗਿਆ ਉਹਨੂੰ ਸ਼ੁਰੂ ਤੋਂ ਬੱਚੇ ਨੂੰ ਉਹਦੇ ਵੱਲ ਦੇਖ ਕੇ ਚੇਟਕ ਲੱਗੀ ਹੋਈ ਆ, ਇਨਵਾਇਰਨਮੈਂਟ ਆਪਣੇ, ਹਾਂ ਵੀ ਇਹ ਗੌਰਮੈਂਟ ਜੋਬ 'ਤੇ ਇਹਨੂੰ ਇੰਨੀ ਤਨਖਾਹ ਆਉਂਦੀ ਮੈਂ ਵੀ ਉਹ ਕੁਛ ਕਰ ਲਵਾਂ, ਉਹ ਬੱਚੇ ਨੂੰ ਪਹਿਲਾਂ ਹੀ ਗਾਈਡ ਕਰਾਂ। ਆਪਣੇ ਪਿੰਡਾਂ 'ਚ ਇਹ ਗਾਈਡੈਂਸ ਦੀ ਘਾਟ ਆ, ਹੁਣ ਆਪਣੇ ਤਾਂ ਇਹ ਆ ਵੀ ਜੋਬਾਂ ਹੈ ਨਹੀਂ, ਹੁਣ ਜਿੰਨੀਆਂ ਵੀ ਆਪਣੇ ਪੰਜਾਬ 'ਚ ਗੌਰਮੈਂਟ ਜੋਬ ਦਾ ਰਿਜ਼ਲਟ ਆਉਂਦਾ ਉਹਦੇ 'ਚੋਂ ਪਹਿਲੇ 100 ਜਾਂ 150 ਬੱਚਾ ਉਹ ਆ ਜਿਹੜੇ ਪਹਿਲਾਂ 5-5, 6-6 ਨੌਕਰੀਆਂ ਕਰਕੇ ਛੱਡ ਚੁੱਕੇ ਨੇ ਅਤੇ ਹੁਣ ਵੀ ਇਸ ਵਕਤ ਕੋਈ ਨੌਕਰੀ ਕਰੀ ਜਾਂਦੇ ਨੇ। ਪਿਛਲੇ ਸਾਲ ਪੰਜਾਬ ਦੇ ਵਿੱਚ 700 ਪਟਵਾਰੀ ਦੀਆਂ ਪੋਸਟਾਂ ਆਈਆਂ, ਸਿਲੈਕਟ ਕਰ ਲਏ ਉਹਨਾਂ ਨੇ, ਉਹਦੇ 'ਚੋਂ 100 ਬੰਦੇ ਨੇ ਜੁਆਇਨ ਹੀ ਨਹੀਂ ਕੀਤਾ, ਉਹ ਪਹਿਲਾਂ ਜਾਂ ਕਿਸੇ ਹੋਰ ਜੋਬ 'ਤੇ ਲੱਗੇ ਹੋਏ ਨੇ, ਜਾਂ ਉਹਨਾਂ ਨੇ ਊਂ ਪੇਪਰ ਦੇਤਾ ਵੀ ਚੱਲ, ਜਾਂ ਉਦੋਂ ਵਧੀਆ ਉਹਨਾਂ ਨੂੰ ਕੋਈ ਹੋਰ ਮਹੀਨੇ ਬਾਅਦ ਮਿਲ ਗਈ, 100 ਬੰਦਾ ਜੋਬ ਲੈ ਕੇ ਛੱਡ ਗਿਆ। ਮੇਰਾ ਦੋਸਤ ਹੈ ਇੱਕ, ਮੀਨੀਆਂ ਪਿੰਡ ਆ, ਹਾਂਜੀ ਹੀਰਾ ਉਹਦਾ ਮੁੰਡੇ ਦਾ ਨਾਮ, ਠੀਕ ਹੈ ਜੀ, ਠੀਕ ਹੈ ਕਿ ਨਹੀਂ, ਠੀਕ ਹੈ ਜੀ, ਮੈਂ ਉਹਦਾ ਨਾਮ ਬਹੁਤ ਪ੍ਰਾਊਡ ਨਾਲ ਲੈਣਾ ਹੁੰਦਾ, ਉਹ ਬੰਦਾ ਇੱਕ ਇਹੋ ਜਿਹਾ ਵੀ ਜਿਨ੍ਹਾਂ ਦਾ ਡੈਡੀ ਫੌਜ 'ਚੋਂ ਆਇਆ, ਹਾਂਜੀ ਉਹ 3 ਭੈਣ ਭਾਈ ਇਸ ਵਕਤ 3 ਦੀਆਂ ਗੱਡੀਆਂ 'ਤੇ ਨੀਲੀਆਂ ਪੱਤੀਆਂ ਲੱਗੀਆਂ ਹੋਈਆਂ,
ਤੇ ਤੁਸੀਂ ਇਹ ਦੇਖੋ ਵੀ ਜਿਹੜਾ ਮੁੰਡਾ ਹੀਰਾ ਉਹ ਮੇਰੇ ਨਾਲ ਪੜ੍ਹਦਾ ਰਿਹਾ, ਉਹ ਪਹਿਲਾਂ ਹੋਣ ਵਾਲੀ ਜੋਬ ਇੰਸਪੈਕਟਰ ਲੱਗਣ ਤੋਂ ਪਹਿਲਾਂ, ਠੀਕ ਹੈ, ਉਹ ਪਹਿਲਾਂ ਸਰਕਾਰੀ ਮਾਸਟਰ ਵੀ ਲੱਗ ਗਿਆ, ਸਰਕਾਰੀ ਮਾਸਟਰ ਲੱਗ ਗਿਆ, ਠੀਕ ਹੈ ਜੀ, ਅਤੇ ਮੈਨੂੰ ਉਦੋਂ ਮਿਲਿਆ ਉਹ ਜਦੋਂ ਸਰਕਾਰੀ ਮਾਸਟਰ ਲੱਗਿਆ ਲੋਪੋ ਅੱਡੇ 'ਚ, ਅਤੇ ਮੈਂ ਕਿਹਾ ਕਿਵੇਂ ਆ, ਕਹਿੰਦਾ ਮੈਂ ਸਰਕਾਰੀ ਮਾਸਟਰ ਲੱਗ ਗਿਆ, ਮੈਨੂੰ ਮੈਂ ਕਿਹਾ ਮੁਬਾਰਕਾਂ, ਉਹ ਕਹਿੰਦਾ ਨਹੀਂ, ਅਲਟੋ ਗੱਡੀ ਸੀ ਉਦੋਂ ਨੇ ਨਵੀਂ ਨਵੀਂ ਕਢਾਈ ਸੀ, ਠੀਕ, ਉਹਦੇ ਕਾਗਜ਼ ਲੱਗੇ ਹੋਏ ਸੀ, ਮੈਂ ਕਿਹਾ ਮੁਬਾਰਕਾਂ ਤਾਂ ਕਢਾ ਲਈ, ਕਹਿੰਦਾ ਨਹੀਂ ਗੱਡੀ ਛੋਟੀ ਆ ਵੱਡੀ ਲੈਣੀ ਆ, ਭੈਣ ਦੇ ਅਤੇ ਬਾਈ ਦੇ 32 ਲੱਗੀ ਆ, ਨੀਲੀ 32 ਲਾਉਣੀ, ਹਾਲੇ ਸੰਤੁਸ਼ਟੀ ਨਹੀਂ, ਅਤੇ ਉਹਨੇ ਉਸ ਤੋਂ ਬਾਅਦ ਉਹ ਨੌਕਰੀ ਛੱਡੀ, ਫਿਰ ਉਸ ਤੋਂ ਬਾਅਦ ਉਹ ਬੰਦਾ ਦਬਾ ਪੜ੍ਹ ਕੇ ਫਿਰ ਲੱਗਿਆ, ਉਹ ਤੁਹਾਡੇ ਵਾਲੀ ਗੱਲ ਆ, ਮੈਨੂੰ ਮਤਲਬ ਅੱਜ ਉਹ ਗੱਲ ਤੁਹਾਡੀ ਗੱਲ ਤੋਂ ਪ੍ਰਮਾਣ ਮਿਲਿਆ, ਨਹੀਂ ਹੁਣ ਤੱਕ ਮੈਨੂੰ ਐਂ ਲੱਗਦਾ ਸੀ ਉਹ ਚਮਤਕਾਰ ਵਾਲੀ ਗੱਲ, ਹੁਣ ਵਿੱਚ ਬੰਦੇ ਕਹਿ ਦਿੰਦੇ ਆ ਕਿ ਇਹ ਸਰਕਾਰ ਨੂੰ ਕਾਨੂੰਨ ਕਰਨਾ ਚਾਹੀਦਾ ਵੀ ਜਿਹੜਾ ਇੱਕ ਨੌਕਰੀ 'ਤੇ ਆ ਵੀ ਅਗਲੀ ਨੌਕਰੀ ਉਹਨੂੰ, ਉਹਦੀ ਮਿਹਨਤ ਆ ਬਾਈ ਤੁਸੀਂ ਕਰ ਲਓ, ਜੇ ਹੁਣ ਉਹ ਆਪਦੀ ਮਿਹਨਤ ਦੇ ਸਿਰ 'ਤੇ ਕੋਈ ਪੇਪਰ ਕਲੀਅਰ ਕਰਦਾ, ਉਹਨੂੰ ਉਹ ਛੋਟੀ ਨੌਕਰੀ ਨਹੀਂ ਵਧੀਆ ਲੱਗਦੀ, ਉਹ ਵੱਡੀ ਲੈਣੀ ਚਾਹੁੰਦਾ, ਜੇ ਹੁਣ ਅਗਲਾ ਕਹੇ ਬਾਈ ਤੁਹਾਨੂੰ ਤਾਂ ਇੱਕ ਮਿਲ ਗਈ, ਫਿਰ ਤੁਸੀਂ ਉਹਦੇ ਤੋਂ ਵੱਧ ਮਿਹਨਤ ਕਰੋ, ਐਂ ਦੇਖੋ ਵੀ ਉਹਨੂੰ ਕਿਵੇਂ ਲੈਤੀ ਆ, ਚਲ ਉਹਦੇ ਵਾਲੀ ਛੋਟੀ ਤੂੰ ਛੱਡੂਗਾ ਹੀ, ਫਿਰ ਤੁਸੀਂ ਲੈ ਲਓ, ਹਾਂ ਤੁਸੀਂ ਲੈ ਲਓ, ਉਹ ਛੱਡੂਗਾ ਹੀ, ਉਹ ਕਿਹੜਾ ਦੋਹਾਂ 'ਤੇ ਬੈਟਰ ਹੋਊਗਾ, ਉਹ ਕਿਹੜਾ ਐਂ ਲੱਤਾਂ ਕਰ ਲੂ, ਉਹੀ ਗੱਲ ਆ ਨਾ, ਇੱਕ ਤਾਂ ਛੱਡੂਗਾ ਹੀ ਤੂੰ, ਫਿਰ ਛੋਟੀ ਲੈ ਲਾ ਜੇ ਤੈਨੂੰ ਵਧੀਆ ਲੱਗਦਾ, ਹਾਂ ਕੋਈ ਕਿਤੇ ਪੈਸਾ ਨਹੀਂ ਕੁਛ ਨਹੀਂ, ਸਿੱਧੀ ਆਨਲਾਈਨ ਮੈਟ ਘਰੇ ਰਿਜ਼ਲਟ ਆਉਂਦਾ, ਡਾਕੂਮੈਂਟ ਵੈਰੀਫਿਕੇਸ਼ਨ ਕਰਾਓ ਤੁਹਾਨੂੰ ਨੌਕਰੀ ਮਿਲ ਜੂ, ਕੋਈ ਕੁਛ ਨਹੀਂ, ਹੁਣ ਮੇਰੇ ਕੋਲ ਇੱਕ ਇਹੋ ਜਿਹੀ ਉਦਾਹਰਨ ਆ ਵੀ ਆਪਾਂ ਗੌਰਮੈਂਟ ਜੋਬ ਲੈਂਦੇ ਲੈਣ ਲਈ ਤਾਂ ਪੈਸੇ ਦਿੰਦੇ ਦੇਖੇ ਆ, ਉਹ ਗੌਰਮੈਂਟ ਜੋਬ ਉਹਨੇ ਛੱਡਣ ਲਈ ਪੈਸੇ ਦਿੱਤੇ, ਕਿਉਂਕਿ ਉਹਨੇ ਮੰਨ ਲਓ ਜੋਬ ਆਪਣਾ ਜੁਆਇਨ ਕਰ ਲਈ, 1.5 ਮਹੀਨਾ ਹੋਇਆ ਸੀ ਉਹਨੂੰ, ਅਤੇ ਉਹਦਾ ਇੱਧਰ ਇੰਸਪੈਕਟਰ ਵਾਲੇ 'ਚ ਪੇਪਰ ਆ ਗਿਆ, ਅਤੇ ਉਹਨੇ ਕਿਹਾ ਮੈਂ ਪੁਰਾਣੀ ਜੋਬ ਛੱਡਣੀ ਆ, ਹੁਣ ਅਫਸਰ ਕਹਿੰਦੇ ਵੀ ਜੇ ਤੂੰ ਇੰਨਾ ਚਿਰ ਸਾਡਾ ਟਾਈਮ ਛੱਡ ਨਹੀਂ ਸਕਦਾ, ਉਹਨੇ ਪੈਸੇ ਗੌਰਮੈਂਟ ਜੋਬ ਛੱਡਣ ਲਈ ਪੈਸੇ ਦਿੱਤੇ ਅਤੇ ਅਗਲੀ ਜੁਆਇਨ ਕਰੀ, ਜਿੱਥੇ ਆਪਾਂ ਕਹਿੰਦੇ ਜੋਬ ਲੈਣ ਲਈ ਪੈਸੇ, ਉਹਨੇ ਜੋਬ ਛੱਡਣ ਲਈ ਪੈਸੇ ਦਿੱਤੇ, ਛੱਡਣ ਲਈ ਪੈਸੇ, ਅਗਲੀ ਉਦੋਂ ਵੱਡੀ ਜੋਬ ਲਿੱਤੀ, ਇਹ ਵੀ ਉਦਾਹਰਨ ਹੈ, ਹਾਂ ਮਤਲਬ ਮਤਲਬ ਮਸਲਾ ਕਹਿਣ ਦਾ ਇਹ ਆ ਬਈ ਜਿਹਨੂੰ ਲੈਣੀ ਆਉਂਦੀ ਆ ਨੌਕਰੀ ਉਹਨੂੰ ਲੈਣੀ ਆਉਂਦੀ ਹੀ ਆ, ਦੂਜਾ ਕਾਰਨ ਇਹ ਹੋਇਆ ਜਿਹੜਾ ਆਪਣਾ ਪੰਜਾਬ ਦੇ ਹੁਣ ਸਕੂਲਾਂ ਦੇ ਵਿੱਚ ਨਾ ਵੀ 10ਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ, ਉਹਨੇ ਸਿੱਖਿਆ ਦਾ ਭੱਠਾ ਇਹੋ ਜਿਹਾ ਬਹਾਤਾ ਵੀ ਜਿੰਨੇ ਹੁਣ ਬੱਚੇ 2015-16 ਤੋਂ ਹੁਣ ਕੋਰੇ ਆਉਣ ਲੱਗ ਗਏ, ਜਿਨ੍ਹਾਂ ਨੂੰ ਵਿੱਚ ਜੋੜ ਘਟਾਓ ਪਹਾੜੇ ਵੀ ਨਹੀਂ ਯਾਦ, ਅਤੇ 10ਵੀਂ ਦਾ ਸਰਟੀਫਿਕੇਟ ਉਹਨਾਂ ਦੇ ਕੋਲ ਆ, ਬਸ ਸਰਕਾਰ ਦੀ ਇਹ ਨੀਤੀ ਆ ਵੀ ਆਪਣੀ ਲਿਟਰੇਸੀ ਰੇਟ ਵੱਧ ਜੇ, ਵੀ ਪੰਜਾਬ 'ਚ ਇੰਨੇ ਪੜ੍ਹੇ ਲਿਖੇ ਆ, 10ਵੀਂ ਤੋਂ ਬਾਅਦ ਉਹ ਕੁਛ ਮਰਜ਼ੀ ਕਰੇ ਸਰਟੀਫਿਕੇਟ ਦੇ ਕੇ ਸਕੂਲ 'ਚੋਂ ਕੱਢਤਾ, ਇਹ ਜ਼ਿਆਦਾ ਕਾਰਨ ਆਪਣੇ ਜਿਹੜੇ ਸਰਕਾਰੀ ਸਕੂਲ ਆ, ਕਿਉਂਕਿ ਹੁਣ ਉੱਥੇ ਟੀਚਰਾਂ ਦਾ ਵੀ ਸਾਰੇ, ਹਾਂ ਜਾਂ ਘੱਟ ਨੇ ਜਾਂ ਤਨਖਾਹ ਮਿਲ ਗਈ, ਹੁਣ ਪ੍ਰਾਈਵੇਟ ਸਕੂਲਾਂ ਵਾਲੇ ਤਾਂ ਐਂ ਕਹਿ ਦਿੰਦੇ ਭਾਈ ਜੇ ਕੱਲ੍ਹ ਨੂੰ ਫੇਲ ਹੋਏਗਾ ਤੂੰ ਤੈਨੂੰ ਅਸੀਂ ਇਸੇ ਕਾਲਾ 'ਚ ਰੱਖਾਂਗੇ, ਹੁਣ ਸਰਕਾਰੀ ਸਕੂਲ ਦੇ ਵਿੱਚ ਅਗਲੇ ਨੂੰ ਆਏ ਆ ਯਾਰ ਵੀ ਚੱਲ ਚੱਲੀ ਜਾਵੇ ਐਡਮਿਸ਼ਨਾਂ ਪਹਿਲਾਂ ਹੀ ਘੱਟ ਨੇ, ਅਤੇ ਉਹ 10ਵੀਂ ਤੱਕ ਹੁਣ ਪਹਿਲਾਂ 5ਵੀਂ 'ਚੋਂ ਫੇਲ ਹੁੰਦਾ, ਫਿਰ 8ਵੀਂ 'ਚੋਂ ਫੇਲ ਹੁੰਦਾ ਸੀ, ਫਿਰ 10ਵੀਂ 'ਚੋਂ, ਜਿਹੜੇ ਕੋਲ ਪਹਿਲਾਂ 10ਵੀਂ ਪਾਸ ਹੁੰਦੀ ਸੀ ਉਹ ਟੋਪ ਸੀ, ਅਗਲਾ ਮੈਂ ਮੈਟ੍ਰਿਕ ਕਰੀ ਹੋਈ ਆ, ਹੁਣ ਤਾਂ ਹਰੇਕ ਕੋਲ 10ਵੀਂ ਆ, ਜਦੋਂ ਆਪਾਂ ਕਰੀਆਂ ਉਦੋਂ ਆਪਾਂ ਪਹਿਲਾਂ 5ਵੀਂ 'ਚੋਂ ਫੇਲ ਹੁੰਦੇ ਹਾਂ, 10ਵੀਂ ਪਾਸ ਕਰ ਗਿਆ, ਹੁਣ ਤਾਂ ਕੋਈ ਫੇਲ ਹੀ ਨਹੀਂ 10ਵੀਂ ਤੱਕ, ਜੋੜ ਘਟਾਓ ਨਹੀਂ ਕਿਸੇ ਨੂੰ ਆਉਂਦਾ, ਕੁਛ ਨਹੀਂ, ਬਹੁਤ ਬੰਦੇ ਇਹੋ ਜਿਹੇ ਜਮ੍ਹਾਂ ਜਿਹੜੇ ਕੋਰੇ ਆ, ਅਤੇ ਉਹਦਾ ਕਾਰਨ ਬਸ ਆਪਾਂ ਨੂੰ ਐਂ ਹੁੰਦਾ ਵੀ ਉਦੋਂ ਜਵਾਕ ਹੁੰਦਾ ਵੀ ਆਪਾਂ 10ਵੀਂ ਪਾਸ ਕਰ ਗਏ, ਜੇ ਪਹਿਲਾਂ ਤੋਂ ਹੀ ਸਕੂਲਾਂ ਦੇ ਵਿੱਚੋਂ ਹੀ ਇਹ ਚੀਜ਼ ਕਹੀ ਜਾਵੇ ਭਾਈ ਤੂੰ 10ਵੀਂ ਪਾਸ ਕਰਕੇ ਤੇਰੇ ਕੋਲ ਇਹ ਕਾਗਜ਼ ਹੈ ਵੀ ਜੇ ਤੇਰੇ ਕੋਲ ਪੜ੍ਹਾਈ ਆ ਤਾਂ ਤੂੰ ਕੰਮ ਕਰੇਗਾ, ਕਾਗਜ਼ ਦਾ ਕੀ ਆ, ਕਾਗਜ਼ ਜਿੱਥੇ ਮਰਜ਼ੀ ਪਿਆ ਰਹੇ, ਹੁਣ ਸਕੂਲਾਂ ਦੇ ਵਿੱਚ ਇਹ ਲੈਕਚਰ ਲੱਗਣੇ ਚਾਹੀਦੇ ਆ ਵੀ ਪਲੱਸ ਟੂ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਭਾਈ ਤੁਹਾਨੂੰ ਆਹ ਜੋਬ ਮਿਲ ਸਕਦੀ ਆ, ਵੀ ਜ਼ਰੂਰੀ ਨਹੀਂ ਵੀ ਪਲੱਸ ਟੂ ਤੋਂ ਬਾਅਦ ਆਇਲਸ ਕਰਕੇ ਬਾਹਰ ਹੀ ਲੰਘਣਾ, ਵੀ ਪਹਿਲਾਂ ਤੁਸੀਂ ਟਰਾਈ ਕਰ ਲਓ ਤਾਂ ਜਦੋਂ ਮਰਜ਼ੀ ਕਰ ਲਿਓ, ਹੁਣ ਜਿਹੜੇ ਹੋਰ ਸਟੇਟਾਂ ਵਾਲੇ ਨੇ ਜਿਵੇਂ ਰਾਜਸਥਾਨ ਹੋ ਗਿਆ ਯੂਪੀ ਬਿਹਾਰ ਹੋ ਗਿਆ, ਉਹ ਪਹਿਲਾਂ ਹੀ ਡੰਮੀ ਐਡਮਿਸ਼ਨਾਂ ਕਰਾ ਕੇ ਜਿਵੇਂ ਕੋਟੇ ਦੇ ਵਿੱਚ ਚੱਲਦੀ ਆ ਜਿਹੜੀ ਉਹ ਪਲੱਸ 1 ਪਲੱਸ 2 ਪ੍ਰਾਈਵੇਟ ਕਰਦੇ ਨੇ, ਪਹਿਲਾਂ ਹੀ ਉਹ ਗੌਰਮੈਂਟ ਜੋਬ ਦੇ ਟੈਸਟਾਂ ਦੀ ਤਿਆਰੀ ਕਰਦੇ ਨੇ, ਐਨਡੀਏ ਜਾਂ ਨੀਟ ਦੀ ਕਰ ਲਓ, ਐਨਡੀਏ ਦੀ ਕਰ ਲਓ, ਹੁਣ ਆਪਾਂ ਨੂੰ ਇਹ ਚੀਜ਼ ਦਾ ਗਿਆਨ ਨਹੀਂ, ਬਸ ਪਿੰਡਾਂ 'ਚ ਆਪਣੇ ਆਹੀ ਘਾਟ ਦੇ ਕਾਰਨ ਰਹਿੰਦੇ ਨੇ,
ਆਮ ਹੀ ਆਹ ਜਿਹੜੇ ਡਮੀ ਐਡਮਿਸ਼ਨਾਂ ਕਰਕੇ ਐਨਡੀਏ ਕਰਦੇ ਆ ਉਹ 10ਵੀਂ ਤੋਂ ਬਾਅਦ ਐਨਡੀਏ ਕਰਨੇ ਕਰਦੇ ਆ ਜਵਾਕ ਤੇ 12ਵੀਂ ਉਹਦੋਂ 12ਵੀਂ ਪਾਸ ਕਰਦੇ ਨਾਲ ਹੀ ਐਨਡੀਏ ਪਾਸ ਕਰ ਦਿੰਦੇ ਆ ਤੇ ਨਾਲ ਹੀ ਐਨਡੀਏ ਪਾਸ ਆ ਚਾਹੇ ਤੂੰ ਪੁਲਿਸ 'ਚ ਹੋ ਜਾ ਇੰਸਪੈਕਟਰ ਸਿੱਧਾ ਤੇਰੇ ਸਟਾਰ ਲੱਗੂਗਾ ਠੀਕ ਹੈ ਚਾਹੇ ਤੂੰ ਨੇਵੀ 'ਚ ਹੋ ਜਾ ਚਾਹੇ ਤੂੰ ਫੌਜ 'ਚ ਹੋ ਜਾ ਤੇਰੇ ਸਟਾਰ ਲੱਗ ਜਾ ਸਟਾਰ ਲੱਗ ਠੀਕ ਹੈ ਕਿ ਨਹੀਂ ਤਾਂ ਪਰ ਸਾਡੇ ਬੰਦਿਆਂ ਨੂੰ ਜਾਣਕਾਰੀ ਹੈ ਨਹੀਂ ਗੀ ਬਾਈ ਹੈ ਬਸ ਦੀ ਗੱਲ ਨਹੀਂ ਗੀ ਜੇ ਜਾਣਕਾਰੀ ਹੋਵੇ ਤਾਂ ਬੰਦਾ ਅਗਲਾ ਆਉਂਦਾ ਯਾਰ ਫਲਾਨਾ ਬੰਦਾ ਪਤਾ ਨਹੀਂ ਤੁਰਿਆ ਫਿਰਿਆ ਉਹ ਤੁਰੇ ਫਿਰੇ ਦਾ ਮਤਲਬ ਆਹੀ ਹੁੰਦਾ ਜਾਣਕਾਰੀ ਜਾਣਕਾਰੀ ਧੱਕੇ ਖਾਣ ਵਾਲੀ ਆਉਂਦੀ ਹੈ ਜੀ ਪਹਿਲਾਂ ਕਿਹੜਾ ਕਿਸੇ ਨੇ ਆਪਾਂ ਨੂੰ ਕਿਹੜਾ ਜੂ ਇਹ ਚੀਜ਼ਾਂ ਤੁਹਾਨੂੰ ਦੱਸਦੀਆਂ ਅੱਜ ਤੋਂ 10 ਸਾਲ ਪਹਿਲਾਂ ਮੈਨੂੰ ਵੀ ਨਹੀਂ ਦੱਸਣ ਵਾਲਾ ਕੋਈ ਆਪਾਂ ਸਿੱਖ ਲਈਆਂ ਹੁਣ ਕਈ ਬੰਦੇ ਵਾਲਾ ਕਹਿੰਦਾ ਯਾਰ ਹੁਣ ਇਹਨਾਂ ਨੂੰ ਮੈਂ ਕਹਿ ਦਿੰਦਾ ਹੁੰਦਾ ਵੀ 3 ਸਟੇਜਾਂ ਆਉਂਦੀਆਂ ਤੁਹਾਡੇ 'ਤੇ ਜਦੋਂ ਬੱਚਾ 8-10 ਸਾਲ ਦਾ ਹੁੰਦਾ ਉਦੋਂ ਉਹ ਐਂ ਕਹਿੰਦਾ ਹੁੰਦਾ ਵੀ ਮੇਰੇ ਬਾਪੂ ਵਰਗਾ ਤਾਂ ਦੁਨੀਆ 'ਤੇ ਕੋਈ ਬੰਦਾ ਨਹੀਂ ਜੀ ਨੀ ਇਹਨੂੰ ਨੌਲੇਜ ਵੀ ਜਿਹੜੀ ਤੁਹਾਡੀ ਹੁਣ 18-20 ਸਾਲ ਦੀ ਉਮਰ ਹੈ ਤੁਸੀਂ ਕਹੋ ਵੀ ਸਾਡੇ ਬਾਪੂ ਨੂੰ ਤਾਂ ਡੱਕਾ ਨਹੀਂ ਪਤਾ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕਿਵੇਂ ਟਾਈਮ ਪਾਸ ਕਰਨਾ ਵੀ ਇਹਨੂੰ ਡੱਕਾ ਨਹੀਂ ਪਤਾ ਮਹਾਂ ਜਦੋਂ ਤੁਸੀਂ 30-32 ਸਾਲ ਦੀ ਮੰਨ ਲਓ ਮੇਰੀ ਉਮਰ 'ਚ ਆ ਗਏ ਉਦੋਂ ਤੁਹਾਨੂੰ ਫਿਰ ਲੱਗੂ ਵੀ ਸਾਡਾ ਬਾਪੂ ਵਾਕਈ ਘੈਂਟ ਸੀ ਜਿਹੜਾ ਸਾਨੂੰ ਹੁਣ ਮਹਾਂ ਤੁਸੀਂ ਜੇ ਪੜ੍ਹ ਲਓਗੇ ਤਾਂ ਠੀਕ ਆ ਭਾਈ ਨਹੀਂ ਫਿਰ 30-32 ਸਾਲ ਦੀ ਉਮਰ ਜਾ ਕੇ ਕਹੋਗੇ ਮੇਰਾ ਬਾਪੂ ਵਾਕਈ ਉਹਨੂੰ ਨੌਲੇਜ ਸੀ ਮਗਾ ਹੁਣ ਤੁਸੀਂ ਕਹਿੰਦੇ ਵੀ ਤੈਨੂੰ ਤਾਂ ਬਾਪੂ ਡੱਕਾ ਨਾਲ ਜੀ ਜਮਾਂ ਸਹੀ ਆ ਜਮਾਂ ਸਹੀ ਆ ਲੈ ਵੀ ਸੱਜਣੋ ਨੰਬਰ ਮੈਂ ਅਕੈਡਮੀ ਦਾ ਦੇ ਰਿਹਾ ਅਸਲ ਦੇ ਵਿੱਚ ਇਹ ਅਕੈਡਮੀ ਦਾ ਨੰਬਰ ਦੇਣ ਦੀ ਲੋੜ ਕੋਈ ਨਹੀਂ ਸੀ ਕਿਉਂਕਿ ਇੱਥੇ ਤਕਰੀਬਨ ਪੋਸਟਾਂ ਪੂਰੀਆਂ ਹੁੰਦੀਆਂ ਪਰ ਮੈਨੂੰ ਪਤਾ ਲੋਕਾਂ ਨੇ ਵੀਡੀਓ ਸੁਣਨ ਤੋਂ ਬਾਅਦ ਨੰਬਰ ਮੰਗਣਾ ਨਾ ਕੋਈ ਤਾਂ ਫਿਰ ਮੰਗਣਾ ਤਾਂ ਫਿਰ ਦੇ ਹੀ ਦਿੰਦੇ ਹਾਂ ਕੀ ਹਰਜ ਆ ਇਹ ਅਕੈਡਮੀ ਦਾ ਨੰਬਰ ਦੇ ਰਿਹਾ ਜੇ ਤੁਸੀਂ ਵੀ ਮਤਲਬ ਮੰਨ ਕੇ ਚੱਲੋ ਕੋਈ ਕਿਸੇ ਵੀ ਚੀਜ਼ ਦੀ ਤਿਆਰੀ ਕਰਨੀ ਚਾਹੁੰਦੇ ਹਾਂ BSF ਦੀ ਤਿਆਰੀ ਕਰਨਾ ਚਾਹੁੰਦੇ ਹਾਂ ਅਗਨੀਵੀਰ ਦੀ ਤਿਆਰੀ ਕਰਨਾ ਚਾਹੁੰਦੇ ਹਾਂ ਪੁਲਿਸ ਦੀ ਤਿਆਰੀ ਕਰਨੀ ਚਾਹੁੰਦੇ ਹਾਂ ਤਾਂ ਤੁਸੀਂ ਬਾਈ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹਾਂ 5-7 ਦਿਨ ਤੁਸੀਂ ਆ ਕੇ ਡੈਮੋ ਸਟੱਡੀ ਲੈ ਸਕਦੇ ਹਾਂ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਬਾਈ ਚਲੇ ਜਾ ਸਕਦੇ ਹਾਂ ਫੀਸ ਤੁਹਾਡੀ ਵਾਪਸ ਹੋ ਜੂਗੀ ਪਹਿਲੀ ਗੱਲ 5 ਦਿਨ ਲੋੜ ਹੀ ਨਹੀਂ 5 ਦਿਨ ਬਾਅਦ 'ਚ ਫੀਸ ਭਰ ਦਿਓ ਅਗਲੀ ਗੱਲ ਇਹ ਆ ਵੀ ਇਹਨਾਂ ਦਾ ਖਾਣਾ ਨਾ ਚੰਗਾ ਹੋਵੇ ਇਹਨਾਂ ਦੀ ਪੜ੍ਹਾਈ ਨਾ ਚੰਗੀ ਹੋਵੇ ਇਹਨਾਂ ਦਾ ਸੁਭਾਅ ਨਾ ਚੰਗਾ ਹੋਵੇ ਇਹਨਾਂ ਦਾ ਵਾਤਾਵਰਨ ਚੰਗਾ ਹੋਵੇ ਉਹਦੇ ਵਾਸਤੇ ਜ਼ਿੰਮੇਵਾਰ ਮੈਂ ਬੈਠਾ ਇਹਨਾਂ ਦੀ ਲੋੜ ਨਹੀਂ ਇਹਨਾਂ ਨੂੰ ਨਹੀਂ ਤੁਸੀਂ ਪੁੱਛਣਾ ਤੁਸੀਂ ਮੈਨੂੰ ਫੋਨ ਕਰਨਾ ਵੀ ਲੋਪੋ ਵਾਲਿਆ ਉਹ ਬੰਦੇ ਗੱਲਾਂ ਹੋਰ ਕਰਦੇ ਸੀ ਨਿਕਲੇ ਹੋਰ ਕਿਉਂਕਿ ਇਹ ਬੰਦੇ ਮੇਰੇ ਨਿੱਜੀ ਮਿੱਤਰਾਂ ਦੇ ਵਿੱਚੋਂ ਇੱਕ ਆ ਸਰ ਜਿਉਂਦੇ ਰਹੋ।